आप सृजन हारे धारिया अनंत गुणी निदान अनंत गुणी निदान गुरु गरीब निवाज जप सतना श्री वाहे गुरु जी रामदास गुर सोटी चौथे पातशाह धन धन रामदास गुर सोटी चौथे पातशाह तिन्ना लोका जी दे तिन्ना लोका जी दे चरनी सीस निवाए आए जन्म धार के घर पिता हरदास दे आए जन्म धार के आए जन्म धार के घर पिता हरदास दे माता दया कौर दी माता दया कौर दी कोख नु भाग लगाए है ਪਾਣਾ ਸਤਕਰਮ ਨੇ ਆ ਜੇਠੇ ਛੋਟੀ ਉਮਰੇ ਹੀ ਪਾਣਾ ਸਤਕਰਮ ਨੇ ਆ ਜੇਠੇ ਛੋਟੀ ਉਮਰੇ ਹੀ ਵਿੱਚ ਲਾਹੌਰ ਸ਼ਹਿਰ ਦੇ ਵਿੱਚ ਲਾਹੌਰ ਸ਼ਹਿਰ ਦੇ ਤਨ ਤੇ ਦੁੱਖ ਹੰਡਾਏ ਆਖੇ ਗੋਇੰਦਵਾਲ ਵਿੱਚ ਹੋਏ ਮੇਲ ਸੰਜੋਗਾਂ ਦੇ ਆਖੇ ਗੋਇੰਦਵਾਲ ਵਿੱਚ ਆਖੇ ਗੋਇੰਦਵਾਲ ਵਿੱਚ ਹੋਏ ਮੇਲ ਸੰਜੋਗਾਂ ਦੇ ਭਾਗਾਂ ਵਾਲੀ ਬੀਬੀ ਭਾਗਾਂ ਵਾਲੀ ਬੀਬੀ ਪਾਣੀ ਨਾਲ ਵੀ ਆਏ ਵੇਖੀ ਜਦੋਂ ਕਮਾਈ ਸਿੱਖੀ ਖੜਿਆ ਤਿੱਖੀ ਦੀ ਵੇਖੀ ਜਦੋਂ ਕਮਾਈ ਸਿੱਖੀ ਖੜਿਆ ਤਿੱਖੀ ਦੀ ਤੀਜੇ ਸਤਗੁਰ ਹੱਥੀ ਤੀਜੇ ਸਤਗੁਰ ਹੱਥੀ ਸੀਸ ਤੇ ਸਤਰ ਚਲਾਏ ਬੈਠੇ ਗੁਰਗੱਦੀ ਤੇ ਜੋਤ ਰੂਪ ਕਰਤਾ ਹਰਿਓ ਬੈਠੇ ਗੁਰਗੱਦੀ ਤੇ ਬੈਠੇ ਗੁਰਗੱਦੀ ਤੇ ਜੋਤ ਰੂਪ ਕਰਤਾ ਹਰਿਓ ਸੇਵਾ ਸਿਮਰਨ ਕਰਕੇ ਸੇਵਾ ਸਿਮਰਨ ਕਰਕੇ ਸਤਿਗੁਰ ਨੇ ਵਡਿਆਏ
सारी दुनिया जिथे आके सीधे कर दी है, सारी दुनिया जिथे आके सीधे कर दी है। अमृत सर गुराने अमृत सर गुराने हथी नगर बसाए, सागर की सिफ्ता करे छोटी सरकार दिया, सागर की सिफ्ता, सागर की सिफ्ता करे छोटी सरकार दिया। धन गुरु रामदास दे, धन गुरु रामदास दे भट्टा ने गुण गाए, धन गुरु रामदास दे भट्टा ने गुण गाए, धन गुरु रामदास दे भट्टा ने गुण गाए। ਬਖਸ਼ੀ ਫਤਿਹ ਅਕਾਲ ਦੀ ਹੈ ਤੁਰ ਦਰਗਾਹੀ, ਬਾਜਾਂ ਵਾਲੇ ਪੰਥ ਦੀ ਹੈ ਝੋਲੀ ਪਾਈ। ਵਾਹਿਗੁਰੂ ਹਰ ਮੈਦਾਨੇ ਫਤਿਹ ਨੂੰ ਜੋ ਪਾਉਣਾ ਚਾਹੁੰਦੇ ਉਹੀ ਗੁਰਸਿੱਖ ਗੱਜ ਕੇ ਨੇ ਫਤਿਹ ਬੁਲਾਉਂਦੇ। ਜਿਤਨੇ ਮਾਈ ਭਾਈ ਗੁਰੂ ਸਵਾਰੇ ਗੁਰੂ ਪਿਆਰੇ ਹਾਜ਼ਰ ਹੋ, ਆਓ ਮਨ ਹਾਜ਼ਰ ਰੱਖਣ ਵਾਸਤੇ ਗੁਰੂ ਬਖਸ਼ਿਸ਼ ਨੂੰ ਪਾਓ, ਆਪਣੀ ਸੁਰਤ ਨੂੰ ਗੁਰੂ ਚਰਨਾਂ ਵਿੱਚ ਟਿਕਾਓ ਤੇ ਗੱਜ ਗਜਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੀ ਜਿਹੜੀ ਵੰਡ ਹੈ ਉਹ ਤਿੰਨਾਂ ਹਿੱਸਿਆਂ ਵਿੱਚ ਹੋਈ ਏ। ਇੱਕ ਸਮਾਂ ਉਹ ਹੈ ਜਿਹੜਾ ਲੰਘ ਚੁੱਕਾ ਹੈ, ਬੀਤ ਚੁੱਕਾ, ਜਿਹਨੂੰ ਭੂਤ ਕਾਲ ਕਹਿੰਦੇ, ਪਾਸਟ ਜਿਹੜਾ ਬੀਤ ਚੁੱਕਾ ਹੈ, ਕਾਲ ਸਮੇਂ ਨੂੰ ਕਿਹਾ ਜਾਂਦਾ। ਇੱਕ ਸਮਾਂ ਉਹ ਹੈ ਜਿਹਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ, ਆ ਜ਼ਿੰਦਗੀ ਮਾਣ ਰਹੇ ਹਾਂ, ਵਰਤਮਾਨ ਪ੍ਰੈਜੈਂਟ ਵਰਤ ਰਿਹਾ ਹੈ। ਇੱਕ ਸਮਾਂ ਜਿਹੜਾ ਹੈ ਉਹ ਆਉਣ ਵਾਲਾ ਹੈ, ਫਿਊਚਰ। ਕਈ ਵਾਰੀ ਅਸੀਂ ਇਹ ਗੱਲ ਕਹਿੰਦੇ ਹਾਂ ਜੀ ਆਉਣ ਵਾਲੇ ਸਮੇਂ ਦਾ ਕਿਸੇ ਨੂੰ ਕੁਝ ਨਹੀਂ ਪਤਾ। ਮੈਂ ਕਿੰਨਾ ਪਤਾ ਹੁੰਦਾ, ਜਿਹੜੇ ਸੰਤ ਜਨ ਹੁੰਦੇ ਨੇ, ਜਿਹੜੇ ਸਾਧੂ ਜਨ ਹੁੰਦੇ ਹੈ, ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਜਿਹੜੇ ਪਰਮਾਰਥ ਦੇ ਰਾਹ ਤੇ ਤੁਰ ਪੈਂਦੇ ਨੇ, ਪਿਆਰਿਓ ਐਸੇ ਹੈਨ ਗੁਰਸਿੱਖ ਪਿਆਰੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਹੈ। ਹੁਣ ਕੌਮ ਵੱਲ ਜੇ ਵੇਖਿਆ ਜਾਏ, ਕੌਮ ਦਾ ਵਰਤਮਾਨ ਸਮਾਂ ਜਿਹੜਾ ਹੈ, ਮੇਰੇ ਖਿਆਲ ਦੇ ਵਿੱਚ ਇਹੋ ਜਿਹੀ ਖੁਆਰੀ ਤੇ ਕਦੇ ਵੀ ਕੌਮ ਦੀ ਨਹੀਂ ਵੇਖੀ ਗਈ ਹੋਵੇਗੀ ਇਤਿਹਾਸ ਵਿੱਚੋਂ ਪੜ੍ਹਨ ਨੂੰ ਮਿਲੇਗਾ ਤੁਹਾਨੂੰ ਕਦੇ ਵੀ ਨਹੀਂ, ਜਿਹੜਾ ਹੁਣ ਸਮਾਂ ਚੱਲ ਰਿਹਾ, ਜਿਹੜਾ ਪ੍ਰੈਜੈਂਟ ਵਰਤ ਰਿਹਾ, ਜਿਹੜਾ ਸਮਾਂ ਜਿਹਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ, ਜ਼ਿੰਦਗੀ ਮਾਣ ਰਹੇ ਹਾਂ, ਇਹੋ ਜਿਹਾ ਸਮਾਂ ਪਹਿਲਾਂ ਕਦੇ ਵੀ ਨਹੀਂ ਸੁਣਿਆ ਵੀ ਨਹੀਂ ਹੋਵੇਗਾ ਵੀ ਏਦਾਂ ਦੇ ਵੀ ਕਾਂਡ ਵਰਤੇ, ਕਦੇ ਏਦਾਂ ਦਾ ਵੀ ਸਮਾਂ ਬਣਿਆ ਹੋਵੇਗਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਥਾਂ ਥਾਂ ਹੋ ਰਹੀ ਹੋਵੇ। ਨਹੀਂ, ਇਹ ਬੜਾ ਵੱਡਾ ਇੱਕ ਦੁਖਾਂਤ ਹੈ ਕੌਮ ਵਾਸਤੇ, ਪਿਆਰਿਓ ਬੜੀ ਵੱਡੀ ਇੱਕ ਤ੍ਰਾਸਦੀ ਹੈ ਕੌਮ ਦੀ। ਸਿਆਸਤ ਦੀਆਂ ਰੋਟੀਆਂ ਸੇਕਣ ਵਾਲੇ ਸਿਆਸੀ ਆਗੂਆਂ ਨੇ ਧਰਮ ਦੀਆਂ ਧੱਜੀਆਂ ਉਡਾ ਦਿੱਤੀਆਂ। ਗੁਰੂ ਨਾਨਕ ਦੇ ਪੈਰੋਕਾਰ ਜਿਹੜੇ ਹੈ ਇਹਨਾਂ ਨੇ ਸਮਝਿਆ ਹੀ ਨਹੀਂ, ਪਿਆਰਿਓ ਅਸਲ ਫਲਸਫਾ ਕੀ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਸਲ ਵਿਚਾਰਧਾਰਾ ਕੀ ਹੈ। ਜਦੋਂ ਵਿਚਾਰਧਾਰਾ ਬਾਬੇ ਦੀ ਸਮਝ ਵਿੱਚ ਆ ਜਾਏਗੀ ਨਾ, ਫਿਰ ਤੁਸੀਂ ਵੋਟਾਂ ਪਾਉਣੀਆਂ ਭੁੱਲ ਜਾਓਗੇ, ਫਿਰ ਸਿਆਸਤ ਦੀਆਂ ਰੋਟੀਆਂ ਸੇਕਣ ਵਾਲੇ ਲੀਡਰ ਤੁਹਾਨੂੰ ਕਦੇ ਗੁੰਮਰਾਹ ਨਹੀਂ ਕਰ ਸਕਦੇ, ਫਿਰ ਤੁਹਾਡੀ ਅਣਖ ਗੈਰਤ ਨੂੰ ਕੋਈ ਰੈਲੀਆਂ 'ਚ ਨਹੀਂ ਰੋਲੇਗਾ, ਫਿਰ ਤੁਸੀਂ ਇਕਮੁੱਠ ਹੋ ਕੇ ਪੰਥ ਦੀ ਏਕਤਾ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਹੜੀ ਲੜਾਈ ਪੰਥ ਵੱਲੋਂ ਲੜੀ ਜਾ ਰਹੀ ਹੈ ਉਹਦਾ ਹਿੱਸਾ ਬਣਨ ਵਾਸਤੇ ਤੁਸੀਂ ਤੁਰੋਗੇ, ਜੇ ਧਰਮ ਨੂੰ ਕਮਾ ਲਵੋਗੇ। ਤੇ ਮੈਂ ਜ਼ਿਕਰ ਕੀਤਾ ਕਿਸੇ ਵੀ ਕੌਮ ਦਾ ਵਜੂਦ ਬਣਿਆ ਰੱਖਣ ਵਾਸਤੇ ਕੌਮ ਨੇ ਯਤਨ ਕੀਤਾ ਕਿ ਬੀਤੇ ਤੋਂ ਸਿੱਖਿਆ ਲਵੋ, ਬੀਤੇ ਤੋਂ ਜਿਹੜਾ ਸਮਾਂ ਬੀਤ ਚੁੱਕਾ ਹੈ ਉਸ ਸਮੇਂ ਦੇ ਵਿੱਚ ਕਿਹੜੀਆਂ ਗਲਤੀਆਂ ਹੋਈਆਂ, ਜੇ ਗਲਤੀਆਂ ਨਹੀਂ ਹੋਈਆਂ ਤੇ ਜੇ ਕੁਝ ਚੰਗਾ ਹੋਇਆ ਤੇ ਉਸ ਚੰਗੇ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਵਾਸਤੇ ਪ੍ਰੈਜੈਂਟ ਵਿੱਚ ਵਰਤਮਾਨ ਵਿੱਚ ਇਹ ਕੋਸ਼ਿਸ਼ ਕਰੋ ਕਿ ਭਵਿੱਖ ਸਾਡਾ ਸਵਰ ਜਾਏ, ਭਵਿੱਖ ਨੂੰ ਸ਼ਿੰਗਾਰਨ ਵਾਸਤੇ, ਭਵਿੱਖ ਨੂੰ ਸਵਾਰਨ ਵਾਸਤੇ ਇਹੋ ਜਿਹੇ ਸਮਾਗਮ ਰੱਖੇ ਜਾਂਦੇ ਹੈ ਜਿਹੜੇ ਸਮਾਗਮ ਤੁਸੀਂ ਰੱਖੇ ਆ। ਪਿਆਰਿਓ ਆਪ ਸੰਗਤ ਨੂੰ ਇਸ ਗੱਲ ਦੀ ਵਧਾਈ ਵੀ ਹੈ ਕਿ ਜਿਨ੍ਹਾਂ ਨੇ ਇਹੋ ਜਿਹਾ ਸਮੇਂ, ਜਿਹੜੀ ਸਮੇਂ ਦੀ ਅਸਲ ਲੋੜ ਹੈ ਨਾ ਪਿਆਰਿਓ, ਕਿ ਗੁਰੂ ਦਾ ਜਿਹੜਾ ਸੁਨੇਹਾ ਹੈ ਉਹ ਘਰ ਘਰ ਤੱਕ ਪਹੁੰਚਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਸਾਡੇ ਵਾਸਤੇ ਤੇ ਸਭ ਕੁਝ ਹੀ ਕੁਰਬਾਨ ਕਰ ਗਏ, ਕਦੇ ਵੇਖਿਆ ਸੀ, ਕਦੇ ਸੋਚਿਆ ਵਿਚਾਰਿਆ, ਇਤਿਹਾਸ ਤੇ ਨਜ਼ਰ ਮਾਰੀ ਹੈ, ਜਿਹਨੇ ਸਾਡੀਆਂ ਖੁਸ਼ੀਆਂ ਰੱਖਣ ਲਈ ਆਪਣੀਆਂ ਸਾਰੀਆਂ ਹੀ ਕੁਰਬਾਨ ਕਰ ਦਿੱਤੀਆਂ ਹੋਣ,
ਤੇ ਪੰਥ ਨੂੰ ਇੰਨਾ ਮਾਣ ਦਿੱਤਾ ਹੋਵੇ, ਕਹਿ ਦਿੱਤਾ ਹੋਵੇ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ, ਤੇ ਫਿਰ ਉਹ ਖਾਲਸਾ ਸਿਆਸਤ ਦੀ ਭੇਡ ਚੜ ਜਾਏ, ਫਿਰ ਉਹ ਪੰਥ ਖੁਆਰ ਹੋ ਜਾਏ, ਪਤਾ ਹੀ ਨਹੀਂ ਲੱਗ ਰਿਹਾ ਸਾਡੀ ਕੌਮ ਨੂੰ ਕਿ ਕਿੱਧਰਲੇ ਪਾਸੇ ਜਾਈਏ, ਕਿਹੜੇ ਜਥੇਦਾਰਾਂ ਦੀ ਮੰਨੀਏ ਬਈ। ਚਲੋ ਖੈਰ, ਮੈਂ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਪ੍ਰਸੰਗ ਰੱਖਣਾ ਹੈ, ਤੁਹਾਡੇ ਇਲਾਕੇ ਦੀ ਕਹਾਣੀ ਕਹਿਣ ਲੱਗਾ ਹਾਂ, ਤੁਹਾਡੇ ਇਲਾਕੇ ਦੇ ਯੋਧੇ ਦੀ ਗੱਲ ਕਰਨ ਲੱਗਾ ਹਾਂ। ਇਹ ਦੋ ਦਿਮਾਗ ਲੜਾਈ ਲੜੇ ਨੇ, 84 ਦਾ ਜਿਹੜਾ ਘੱਲੂਘਾਰਾ ਵਰਤਾਂਤ ਵਰਤਿਆ ਨਾ, ਖਿਆਲ ਕਰੋ ਇਹ ਜਿਹੜਾ ਵਰਤਾਰਾ ਵਰਤਿਆ ਹੈ, ਇਹ ਜਿਹੜੀ ਇੱਕ ਵੱਡੀ ਘਟਨਾ ਸਾਡੇ ਸਾਹਮਣੇ ਆ, ਮੌਜੂਦਾ ਸਮੇਂ ਦਾ ਇਤਿਹਾਸ ਇਹ ਵਾਪਰੀ ਹੈ, ਜੇ ਇਹਨੂੰ ਅੰਜਾਮ ਦੇਣ ਵਾਲੀ ਸਰਕਾਰ ਹਿੰਦ ਸਰਕਾਰ ਹੈ, ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ, ਭਾਰਤੀ ਫੌਜ ਦੇ ਕਮਾਂਡਰ ਇਨ ਚੀਫ ਅਰੁਣ ਕੁਮਾਰ ਵੈਦਿਆ, ਜਿਹਨੂੰ ਵੈਦਿਆ ਦੇ ਨਾਂ ਨਾਲ ਵੀ ਆਪਾਂ ਜਾਣਦੇ ਹਾਂ, ਇਹ ਸਾਰੇ ਇਕੱਠੇ ਹੋਏ, ਮਾਹੌਲ ਏਦਾਂ ਦਾ ਸਿਰਜ ਦਿੱਤਾ, ਪੰਜਾਬ ਦੇ ਅਮਨ ਨੂੰ ਅੱਗ ਲਾ ਦਿੱਤੀ। ਸਰਕਾਰੀ ਤੰਤਰ ਦੇ ਮੁਤਾਬਕ ਕੁਝ ਲੋਕ ਜਿਹੜੇ ਸੀ ਉਹਨਾਂ ਨੇ ਇਹ ਭੂਮਿਕਾ ਨਿਭਾਈ ਹੈ ਕਿ ਸਾਡਾ ਹੀ ਰੂਪ ਬਣਾ ਕੇ, ਉਹਨਾਂ ਭੇਸ ਪਹਿਰਾਵਾ ਬਣਾ ਕੇ, ਭੇਖ ਬਣਾ ਕੇ, ਪਹਿਰਾਵਾ ਪਾ ਕੇ ਉਹਨਾਂ ਨੇ ਇਹੋ ਜਿਹਾ ਕਾਂਡ ਕੀਤੇ ਪੰਜਾਬ ਦੀ ਧਰਤੀ ਤੇ ਕਿ ਇਹ ਅਸਲ ਵਿੱਚ ਪਿਆਰੋ ਖੜਿਅੰਤਰ ਸੀ ਸਰਕਾਰ ਦਾ, ਜਿਹੜਾ ਸਾਡੀ ਸਮਝ ਵਿੱਚ ਨਹੀਂ ਆਇਆ, ਬਾਅਦ ਵਿੱਚ ਪਤਾ ਲੱਗਾ। ਅਜੇ ਤੱਕ ਵੀ ਕਈ ਜਿਹੜੇ ਸਿਆਸੀ ਭਗਤ ਨੇ ਉਹ ਇਸ ਗੱਲ ਨੂੰ ਨਹੀਂ ਮੰਨਦੇ, ਅਜੇ ਵੀ ਉਹ ਸੰਨ 1984 ਦੇ ਘੱਲੂਘਾਰੇ ਦੇ ਦੋਸ਼ੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਮੰਨੀ ਜਾਂਦੇ ਆ, ਬੇਅਕਲੇ, ਬੇਦਲੀਲੇ, ਬੇਗੈਰਤ, ਬੇਅਣਖੇ, ਤੇ ਮੈਂ ਇਹ ਕਹਿ ਲਵਾਂ ਮਰੀ ਹੋਈ ਜ਼ਮੀਰ ਵਾਲੇ ਸਿੱਖ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਹੋਇਆ ਕੀ ਹੈ, ਤੇ ਅਸੀਂ ਪੜਚੋਲ ਹੀ ਨਹੀਂ ਕਰ ਸਕੇ ਵੀ ਸਾਡੇ ਸਾਹਮਣੇ ਆਹ ਕੁਝ ਸਾਲ ਪਹਿਲਾਂ ਆਹ ਕੁਝ ਹੋ ਗਿਆ ਪੰਜਾਬ, ਤੇ ਅਸੀਂ ਪਿਛਲੇ ਇਤਿਹਾਸ ਨੂੰ ਕਿਵੇਂ ਮੰਨਾਂਗੇ ਵੀ ਸੱਚ, ਜਿਹੜਾ ਸਾਡੇ ਸਾਹਮਣੇ ਇਤਿਹਾਸ ਬਣ ਗਿਆ ਅਸੀਂ ਉਹ ਤੇ ਮੰਨਣ ਵਾਸਤੇ ਤਿਆਰ ਨਹੀਂ। ਇੱਕ ਗਿਰਤ ਸਿੱਧੀ ਤੇ ਸਪਸ਼ਟ ਜਿਹੀ ਗੱਲ ਹੈ ਬਈ, ਪਿਛਲਾ ਜਿਹੜਾ ਸਾਡਾ ਇਤਿਹਾਸ ਹੈ ਤੇ ਉਹ ਸੱਚ ਹੈ ਨਾ ਸਦੀਵੀ, ਸੱਚ ਹੈ ਪਿਆਰੋ ਇਤਿਹਾਸ ਵੀ ਸਾਡਾ, ਜੇ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ, ਤੇ ਇਹ ਬਾਣੀ ਕਰਕੇ ਇਤਿਹਾਸ ਸਾਡਾ ਹੈ ਸਾਰਾ, ਬਾਣੀ ਕਰਕੇ ਸਾਡਾ ਇਤਿਹਾਸ ਸਿਰਜਿਆ ਗਿਆ, ਇਤਿਹਾਸ ਵੀ ਸੱਚ ਹੈ। ਉਹ ਸੱਚ ਨੂੰ ਅਸੀਂ ਕਿਵੇਂ ਮੰਨਾਂਗੇ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਜੋ ਕੁਝ ਵਰਤਾਰਾ ਵਰਤਿਆ, ਅਸੀਂ ਤੇ ਉਹਨੂੰ ਸੱਚ ਮੰਨਣ ਵਾਸਤੇ ਤਿਆਰ ਨਹੀਂ। ਜੋ ਹੱਕਾਂ ਦਾ ਰਖਵਾਲਾ ਸੀ, ਕਿਹਨੂੰ ਕਹਿੰਦੇ ਭਿੰਡਰਾਂ ਵਾਲਾ ਸੀ, ਉਹਦੇ ਹੱਥ ਵਿੱਚ ਫੜਿਆ ਤੀਰ ਸੀ, ਕੌਮ ਵਾਸਤੇ ਇੱਕ ਨਿਸ਼ਾਨਾ ਸੀ ਕਿ ਰਾਜ ਭਾਗ ਤਖਤੋ ਤਾਜ ਕਦੇ ਤਰਲਿਆਂ ਨਾਲ ਨਹੀਂ ਮਿਲਦੇ, ਜਿੱਥੇ ਵੀ ਗਏ ਇਹ ਤਕਰੀਰ ਸੀ ਨਾ, ਕਹਿੰਦੇ ਰਾਜ ਭਾਗ ਤਖਤੋ ਤਾਜ ਕਦੇ ਤਰਲਿਆਂ ਨਾਲ ਨਹੀਂ ਮਿਲਦੇ, ਕੌਮ ਦੇ ਜਰਨੈਲਾਂ ਨੂੰ ਹਿਰਕ ਦੇ ਜ਼ੋਰ ਨਾਲ ਰਣ ਤੱਤੇ ਵਿੱਚ ਜੂਝਣਾ ਪੈਂਦਾ, ਕੌਮ ਦੇ ਅਣਖੀ ਮਰਦ ਦਲੇਰਾਂ ਨੂੰ ਸਿਰ ਧੜਦੀਆਂ ਬਾਜ਼ੀਆਂ ਲਾਉਣੀਆਂ ਪੈਂਦੀਆਂ, ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਤੇ ਰਾਜ ਬਿਨਾ ਨਹੀਂ ਧਰਮ ਚੱਲੇ ਹੈ। ਹੋ ਰਿਹਾ ਨਾ ਇੱਦਾਂ, ਇਹਨੂੰ ਰਾਜ ਆਪਣਾ ਨਾ ਸਮਝੋ, ਭਾਵੇਂ ਅਖੌਤੀ ਅਕਾਲੀਆਂ ਦਾ ਲੰਘ ਕੇ ਗਿਆ ਤੇ ਭਾਵੇਂ ਆ ਕਾਂਗਰਸੀਆਂ ਦਾ, ਇਹ ਰਾਜ ਸਿੱਖਾਂ ਦਾ ਨਹੀਂ ਹੈ। ਜੇ ਸਿੱਖਾਂ ਦਾ ਰਾਜ ਹੁੰਦਾ ਤੇ ਸਿੱਖਾਂ ਨੂੰ ਇੰਨਾ ਲੰਮਾ ਸਮਾਂ, ਅੱਜ 148 ਦਿਨ ਹੋ ਗਏ ਮੋਰਚਾ ਲੱਗੇ। ਬਰਗਾੜੀ ਜਥੇਦਾਰ ਸਾਹਿਬ ਬੈਠੇ ਨੇ, ਆਪ ਵਿੱਚੋਂ ਵੀ ਸੰਗਤ, ਮੁਬਾਰਕਬਾਦ ਪਿਆਰਿਓ ਕਿ ਤੁਹਾਡੇ ਅੰਦਰ ਐਸਾ ਦਰਦ ਤੇ ਹੈ ਵੀ ਤੁਸੀਂ ਤੁਰੇ ਹੋ। ਗੁਰੂ ਕਿਰਪਾ ਕਰੇ, ਇੱਕ ਵਾਰੀ ਸਾਰੇ ਮਿਲ ਕੇ ਰਸਨਾ ਕਰੋ, ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਰਗਾੜੀ ਮੋਰਚੇ ਦੀ ਸਫਲਤਾ ਵਾਸਤੇ ਮੈਂ ਇੱਕ ਜਕਾਰਾ ਗਜਾਉਣਾ ਹੈ, ਤੇ ਤੁਹਾਡਾ ਹੁੰਗਾਰਾ ਜਿਹੜਾ ਹੈ ਉਹ ਆਵਾਜ਼ ਜਿਹੜੀ ਹੈ ਸਰਬੱਤ ਖਾਲਸਾ ਵੱਲੋਂ ਐਲਾਨੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਅਸੀਂ ਹੁਣ ਭਾਵੇਂ ਜਿਹੜਾ ਮਰਜ਼ੀ ਕੋਈ ਲੈ ਆਉਣ, ਇੱਥੇ ਖਿਮਾ ਕਰਨਾ ਹਾਂ, ਜਿਹੜਾ ਮਰਜ਼ੀ ਲੈ ਆਉਣ, ਜੇ ਕੌਮ ਨੇ ਪਹਿਲਾਂ ਨਹੀਂ ਪ੍ਰਵਾਨ ਕੀਤਾ ਤੇ ਹੁਣ ਵਾਲਾ ਕਿਵੇਂ ਕੌਮ ਪ੍ਰਵਾਨ ਕਰ ਲੈਗੀ ਨਹੀਂ। ਸਿਆਸੀ ਜਥੇਦਾਰ ਨਹੀਂ ਸਾਨੂੰ ਚਾਹੀਦੇ, ਸਾਨੂੰ ਤੇ ਸਰਬੱਤ ਖਾਲਸਾ ਨੇ ਜਿਹੜੀ ਮੋਹਰ ਲਾਈ ਹੈ, ਅਸੀਂ ਤੇ ਉਹਦੀ ਆਜ਼ਾਦੀ ਵਾਸਤੇ, ਉਹਦੀ ਰਿਹਾਈ ਵਾਸਤੇ, ਔਰ ਜਿਹੜੇ ਉਹਦੇ ਤੇ ਕੇਸ ਚੱਲ ਰਹੇ ਹੈ ਉਹ ਕੁਝ ਨਿਪਟ ਰਹੇ ਨੇ, ਤੇ ਹੋਰ ਵੀ ਜਿਹੜੇ ਨੇ ਉਹਨਾਂ ਕੇਸਾਂ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਉਹ ਬਾਇਜ਼ਤ ਬਰੀ ਹੋ ਕੇ ਪੰਥ ਦੇ ਸਾਹਮਣੇ ਆਏ, ਜਿਹਦੇ ਨਾਂ ਦੇ ਜਕਾਰੇ ਚੱਬੇ ਦੀ ਧਰਤੀ ਤੇ 5 ਮਿੰਟ ਲਗਾਤਾਰ ਬਾਹਾਂ ਉੱਚੀਆਂ ਕਰਕੇ ਗੂੰਜਦੇ ਰਹੇ ਪਿਆਰਿਓ। ਉਹ ਕੌਣ ਹੈ? ਜਥੇਦਾਰ ਸਿੰਘ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਭਾਈ ਜਗਤਾਰ ਸਿੰਘ ਜੀ ਹਵਾਰਾ। ਆਓ ਇੱਕ ਵਾਰੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਜੀ ਮੰਡ,
सारे इन्हां सरबत खालसा वालों एलाने जथेदारां दी चढ़दी कला वास्ते बरगाड़ी मोर्चे की सफलता वास्ते एक जगारा गजावांगा। जे ते है दर्द गुरु ग्रंथ साहिब जी दे रोस वजो बेअदबी वजो जेड़ा लगा होया ए बरगाड़ी मोर्चा, जे थोड़ा जिहा भी प्यार करदे हो कौम ते पंथ दे हकां ते हितां नूं, आओ प्यारो एक वारी चढ़दी कला नाल हंगारा भरो। आओ बूटा सिंह जी बोले सोनिहाल। मैं जिक्र कर रहा सी जो हकां दा रखवाला है किनू कहिंदा पिंडरां वाला है, ओदे हाथ विच फड़िया तीर सी, गल तीन फुटी शमशीर सी, ओदा नां सुन के सी कंबदे कई लीडर डर डर रहिंदे, ओ सी संत जरनैल सिंह उहनूं पिंडरां वाला कहिंदे, ओदे वेल पाया पिस्तौल सी दुश्मन नूं पैंदे हाल सी, भई कद उच्चा ते बाहां लम्मियां सी, जो अणख गैरत दियां थम्मियां ਉਹ ਵਿੱਚ ਪੰਜਾਬ ਦੇ ਰਹਿੰਦਾ ਤੇ ਦਿੱਲੀ ਪਰਛਾਵੇਂ ਪੈਂਦੇ ਰਹਿੰਦਾ ਪੰਜਾਬ ਹੈ, ਉਹ ਵਿੱਚ ਪੰਜਾਬ ਦੇ ਰਹਿੰਦਾ ਦਿੱਲੀ ਪਰਛਾਵੇਂ ਪੈਂਦੇ, ਉਹ ਸੀ ਸੰਤ ਜਰਨੈਲ ਸਿੰਘ ਨੂੰ ਪਿੰਡਰਾਂ ਵਾਲਾ ਕਹਿੰਦੇ, ਉਹ ਜਦ ਤਕਰੀਰਾਂ ਕਰਦਾ ਸੀ ਦਿੱਲੀ ਦਾ ਹਾਕਮ ਡਰਦਾ ਸੀ, ਉਹਦੇ ਨਾਲ ਸੀ ਫੌਜ ਦਲੇਰਾਂ ਦੀ ਆ ਸਿੰਘ ਯੋਧੇ ਖਾੜਕੂ ਸ਼ੇਰਾਂ ਦੀ, ਜੋ ਹੁੰਦੇ ਅਣਖੀਲੇ ਮਰਦ ਸਾਗਰਾ ਕਦੇ ਚੁੱਪ ਕਰਕੇ ਨਹੀਂ ਬਹਿੰਦੇ, ਜੋ ਹੁੰਦੇ ਅਣਖੀਲੇ ਮਰਦ ਸਾਗਰਾ ਕਦੇ ਉਹ ਚੁੱਪ ਕਰਕੇ ਨਹੀਂ ਬਹਿੰਦੇ, ਉਹ ਸੀ ਸੰਤ ਜਰਨੈਲ ਸਿੰਘ। ਮੈਂ ਸੀ ਸ਼ਬਦ ਕਿਉਂ ਲਾਇਆ ਭਲਾ, ਅੱਜ ਵੀ ਸੰਤ ਸਮਾਜ ਦੀ ਕਮੀ ਥੋੜ੍ਹੀ ਹੈ, ਕੋਈ ਬਹੁਤ ਗਿਣਤੀ ਸਾਡੇ ਪਤਾ ਲੱਗਦਾ ਕਿਤੇ, ਹੜ ਆਇਆ ਪਿਆ ਸੰਤਾਂ ਦਾ, ਹੈ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ, ਵਿਰਲੇ ਸਾਧੂ ਸੰਤ ਜਨ ਨੇ ਜਿਹੜੇ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਜਾਣ, ਸੰਤ ਸਮਾਜ ਦਾ ਹੀ ਏਕਾ ਹੋ ਜਾਏ ਨਾ ਤੇ ਚੜ੍ਹਦੀ ਕਲਾ ਹੋਵੇ ਕੌਮ ਦੀ, ਸੰਤ ਸਮਾਜ ਦਾ ਏਕਾ ਹੋ ਜਾਏ ਨਾ ਕਿਤੇ, ਸੰਪਰਦਾਵਾਂ ਦਾ ਏਕਾ ਹੋ ਜਾਏ ਤੇ ਕੌਮ ਚੜ੍ਹਦੀ ਕਲਾ ਵੱਲ ਜਾਏ। ਪਰ ਇਹਨਾਂ ਨੂੰ ਤੇ ਫਿਕਰ ਪਿਆ ਹੋਇਆ ਆਪਣੇ ਡੇਰਿਆਂ ਦਾ, ਇਹਨਾਂ ਨੂੰ ਤੇ ਫਿਕਰ ਲੱਗਾ ਹੋਇਆ ਬਈ ਜਿਹੜੇ ਸਾਡੇ ਆ ਰਹੇ ਨੇ ਸਾਡੇ ਸ਼ਰਧਾਲੂ ਹੈ, ਕਿਤੇ ਉਹਨਾਂ ਨੂੰ ਗਲਤ ਮੈਸੇਜ ਨਾ ਚੱਲਿਆ ਜਾਏ। ਖਿਮਾ ਕਰਨਾ, ਹਰ ਕੋਈ ਆਪਣੀ ਡੱਫਲੀ ਵਜਾ ਰਿਹਾ ਹੈ, ਥੋੜ੍ਹਾ ਜਿਹਾ ਵੀ ਸਿੱਖ ਕੌਮ ਦੀ ਸ਼ਾਨ ਨੂੰ ਲਾ ਵੱਟਾ, ਸਿੱਖੀ ਰੋਲਤੀ ਸਾਧਾ ਪਖੰਡੀਆਂ ਨੇ, ਪਖੰਡੀ ਸ਼ਬਦ ਵਰਤ ਰਿਹਾ ਮੈਂ, ਕਿਸੇ ਦੇ ਮਨ ਨੂੰ ਠੇਸ ਨਾ ਲੱਗੇ ਮਾਫ਼ੀ ਚਾਹੁੰਦਾ ਹਾਂ। ਸਿੱਖ ਕੌਮ ਦੀ ਸ਼ਾਨ ਨੂੰ ਲਾ ਵੱਟਾ, ਸਿੱਖੀ ਰੋਲਤੀ ਸਾਧਾ ਪਖੰਡੀਆਂ ਨੇ, ਡੇਰਾਵਾਦ ਦਾ ਥਾਂ ਥਾਂ ਜਾਲ ਸੁੱਟ ਕੇ ਮਰਿਆਦਾ ਵਿੱਚ ਪਾ ਦਿੱਤੀਆਂ ਵੰਡੀਆਂ ਨੇ, ਜਿਹੜੀ ਕੌਮ ਦੀ ਮਰਿਆਦਾ ਹੀ ਇੱਕ ਨਹੀਂ ਉਹਨੇ ਖੁਆਰ ਤੇ ਹੋਣਾ ਹੀ ਹੈ, ਜਿਸ ਕੌਮ ਦੀ ਮਰਿਆਦਾ ਹੀ ਇੱਕ ਨਹੀਂ ਹੈ ਪਿਆਰ ਉਹਦੀ ਖੁਆਰੀ ਤੇ ਹੋਣੀ ਹੈ, ਤੇ ਇਹ ਮਰਿਆਦਾ ਵਿੱਚ ਵੰਡੀਆਂ ਕਿਹਨਾਂ ਪਾਈਆਂ। ਇਹੀ ਲੋਕ ਨੇ ਜਿਹੜੇ ਧਰਮ ਦੇ ਨਾਂ ਤੇ ਬਹੁਤ ਕੁਝ ਅਡੰਬਰ ਰਚ ਕੇ ਪਹਿਰਾਵੇ ਭੇਖ ਥੱਲੇ ਸਾਨੂੰ ਲੁੱਟਦੇ ਪਏ ਨੇ। ਸਿੱਖ ਕੌਮ ਦੀ ਸ਼ਾਨ ਨੂੰ ਲਾ ਵੱਟਾ, ਸਿੱਖੀ ਰੋਲਤੀ ਸਾਧਾ ਪਖੰਡੀਆਂ ਨੇ, ਡੇਰਾਵਾਦ ਦਾ ਥਾਂ ਥਾਂ ਜਾਲ ਸੁੱਟ ਕੇ ਮਰਿਆਦਾ ਵਿੱਚ ਪਾ ਦਿੱਤੀਆਂ ਮੰਡੀਆਂ ਨੇ, ਬਾਹਰੋਂ ਧਰਮ ਦਾ ਕਰਨ ਪ੍ਰਚਾਰ ਝੂਠਾ, ਅੰਦਰੋਂ ਇਹ ਸਿਆਸਤ ਦੀਆਂ ਮੰਡੀਆਂ ਨੇ, ਸਾਗਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀਆਂ ਸ਼ਰੇਆਮ ਅੱਜ ਹੋ ਰਹੀਆਂ ਭੰਡੀਆਂ ਨੇ, ਭੰਡੀਆਂ ਨੇ ਸ਼ਰੇਆਮ ਆਹ ਕੁਝ ਹੋ ਰਿਹਾ ਤੇ ਬਾਬੇ ਕਿੱਥੇ ਸਾਡੇ, ਸਾਡੀ ਕੌਮ ਸਵਾਲ ਕਿਉਂ ਨਹੀਂ ਕਰਦੀ ਇਹਨਾਂ ਨੂੰ, ਸਾਡੇ ਬਾਬੇ ਤੇ ਸਟੇਜਾਂ ਤੇ ਹੁਣ ਉਹਨਾਂ ਦੀ ਸਿਫਤ ਕਰਨ ਲੱਗ ਪਏ ਨੇ ਪਿਆਰਿਓ, ਜਿਨ੍ਹਾਂ ਨੇ ਨੌਜਵਾਨੀ ਦਾ ਕਾਣ ਕੀਤਾ। ਮੇਰੇ ਨਾਲੋਂ ਜ਼ਿਆਦਾ ਤੁਸੀਂ ਜਾਣਦੇ ਹੋਵੋਗੇ, ਸਾਰਿਆਂ ਤੱਕ ਹੁਣ ਤੇ ਹੱਥ ਵਿੱਚ ਸਭ ਕੁਝ ਹੈ, ਆਹ ਦੁਨੀਆ ਵਰਲਡ ਸਾਰਾ, ਕੇਵਲ ਕੌਮ ਦੀ ਗੱਲ ਨਹੀਂ, ਕੇਵਲ ਇੱਕ ਸਟੇਟ ਦੀ ਇੱਕ ਦੇਸ਼ ਦੀ ਗੱਲ ਨਹੀਂ, ਪੂਰੇ ਵਰਲਡ ਦੀ ਗੱਲ ਤੁਹਾਡੇ ਕੋਲ ਤੁਹਾਡੇ ਹੱਥ ਵਿੱਚ ਫੜੇ ਮੋਬਾਈਲ ਵਿੱਚ ਹੈ, ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ, ਘਟਨਾ ਕਿਤੇ ਵੀ ਵਾਪਰਦੀ ਹੈ, ਇੱਕ ਮਿੰਟ ਵਿੱਚ ਸਾਰੇ ਵਾਇਰਲ ਹੋ ਜਾਂਦੀ ਹੈ, ਇੱਦਾਂ ਹੀ ਹੈ ਨਾ ਪਿਆਰਿਓ, ਇਹ ਯੁੱਗ ਜਿਹੜਾ, ਇਹ ਸਮਾਂ ਜਿਹੜਾ, ਤੇ ਫਿਰ ਵੀ ਕੌਮ ਖੁਆਰ ਹੋਵੇ ਕਿਉਂਕਿ ਵਿਸਾਰ ਦਿੱਤਾ ਅਸੀਂ ਉਹਨਾਂ ਜਰਨੈਲਾਂ ਨੂੰ। ਮੈਂ ਜ਼ਿਕਰ ਕਰ ਰਿਹਾ ਸੀ, ਆਓ ਪਿਆਰਿਓ, ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੀ, ਜਿਨ੍ਹਾਂ ਨੇ ਕੌਮ ਦੀ ਅਣਖ ਤੇ ਗੈਰਤ ਵੱਲ ਵੇਖ ਕੇ ਕੌਮ ਦੇ ਚੜ੍ਹਦੀ ਕਲਾ ਦੇ ਉਹ ਨੌਜਵਾਨ ਜਿਹੜੇ ਸੀ ਉਹਨਾਂ ਨੂੰ ਸਮਝਾਇਆ ਕਿ ਆਓ ਸਿੱਖੀ ਆਨ ਸ਼ਾਨ ਵਾਸਤੇ, ਜਿਵੇਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਸੀ ਜਵਾਨੀਆਂ ਦੀ ਲੋੜ ਹੈ, ਹੁਣ ਜਵਾਨੀਆਂ ਚਾਹੀਦੀਆਂ। ਇਹ ਦੋ ਦਿਮਾਗ ਲੜੇ ਨੇ ਧਰਮ ਯੁੱਧ, ਇੱਕ ਦਿਮਾਗ ਸੰਤਾਂ ਦਾ, ਉਹ ਪੂਰਨ ਸੰਤ ਸੀ ਸੰਤ ਜਰਨੈਲ ਸਿੰਘ, ਅੱਜ ਵੀ ਹੈਗੇ, ਪਰ ਮੈਂ ਤਾਂ ਮੰਨਾਂਗਾ ਜੇ ਸਾਰੇ ਇਕੱਠੇ ਹੋ ਕੇ ਬਰਗਾੜੀ ਮੋਰਚੇ ਵਿੱਚ ਇਨਸਾਫ ਦੇ ਵਾਸਤੇ ਹਾ ਦਾ ਨਾਰਾ ਮਾਰਨਗੇ, ਮੰਨ ਲਾਂਗਾ ਮੈਂ ਸਾਰਿਆਂ ਨੂੰ, ਓਨੀ ਦੇਰ ਤੱਕ ਨਹੀਂ, ਮੈਂ ਕਿਸੇ ਸੰਪਰਦਾ ਨਾਲ ਨਹੀਂ ਜੁੜਿਆ ਹੋਇਆ, ਮੈਂ ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਢਾਡੀ ਹਾਂ ਤੇ ਸੱਚ ਕਹਿਣ ਦਾ ਆਦੀ ਹਾਂ, ਗੁਰੂ ਕਿਰਪਾ ਕਰੇ। ਇੱਕ ਦਿਮਾਗ ਸੰਤਾਂ ਦਾ ਹੈ ਜਿਹੜਾ ਇਹ ਧਰਮ ਯੁੱਧ ਲੜਿਆ,
ਤੇ ਦੂਸਰਾ ਦਿਮਾਗ ਜਿਹਨੇ ਰਣਨੀਤੀ ਤਿਆਰ ਕੀਤੀ ਉਹ ਕੌਣ ਹੈ? ਮੈਂ ਉਹਦਾ ਪ੍ਰਸੰਗ ਕਹਿਣ ਲੱਗਾ, ਉਹ ਜਨਰਲ ਸ਼ਬੇਗ ਸਿੰਘ ਹੈ। ਤੁਹਾਡੇ ਇਲਾਕੇ ਨੂੰ ਇਹ ਮਾਣ ਹੋਣਾ ਚਾਹੀਦਾ, ਜਿਹੜਾ ਸਮਾਗਮ ਤੁਸੀਂ ਰੱਖਿਆ ਨਾ, ਇਹ ਸਮਾਗਮ ਦੇ ਵਿੱਚ ਖਾਸ ਕਰਕੇ ਮੈਨੂੰ ਪਤਾ ਲੱਗਾ ਆਹ ਪਿੰਡ ਜਿਹੜਾ ਤੁਹਾਡੇ ਵਾਲਾ ਪਿੰਡ ਹੈ ਨਾ, ਇਸ ਪਿੰਡ ਦੇ ਵਿੱਚ ਗੁਰੂ ਦੀ ਏਡੀ ਵੱਡੀ ਕਿਰਪਾ, ਏਡੀ ਵੱਡੀ ਬਖਸ਼ਿਸ਼, ਬਾਣੀ ਤੇ ਬਾਣੇ ਦੇ ਤਾਰ ਨੇ, ਦਿਨ ਬਾ ਦਿਨ ਸਿੰਘ ਚੜ੍ਹਦੀ ਕਲਾ ਵੱਲ ਜਾ ਰਹੇ ਨੇ। ਵੀਰ ਅਵਤਾਰ ਸਿੰਘ ਜੀ ਉਹਨਾਂ ਦੇ ਨਾਲ ਜਿੰਨੇ ਸਹਿਯੋਗੀ ਆ ਸਾਰੇ ਵੀਰ ਚੜ੍ਹਦੀ ਕਲਾ ਵੱਲ ਜਾ ਰਹੇ ਨੇ ਪਿਆਰਿਓ, ਇਹ ਗੁਰੂ ਦੀ ਬਖਸ਼ਿਸ਼ ਦਾ ਸਦਕਾ ਹੀ ਹੈ, ਗੁਰੂ ਦੀ ਕਿਰਪਾ, ਤੇ ਕਦੇ ਨਾ ਭੁੱਲਿਓ ਇਹ ਤੁਹਾਡੇ ਵੱਡਿਆਂ ਦੀ ਕੀਤੀ ਹੋਈ ਕਮਾਈ ਹੈ। ਵਿਸਾਖੀ 1699 ਈਸਵੀ ਨੂੰ ਸੀ, 1700 ਦੀ ਵਿਸਾਖੀ ਆ ਰਹੀ ਹੈ ਤੇ ਗੁਰੂ ਨੇ ਫਿਰ ਹੁਕਮਨਾਮੇ ਭੇਜੇ ਕਲਗੀਧਰ ਪਾਤਸ਼ਾਹ ਨੇ ਸੰਗਤ ਵੱਲ। ਇੱਕ ਹੁਕਮਨਾਮਾ ਤੁਹਾਡੇ ਇੱਥੇ ਇਲਾਕੇ ਦੀ ਸੰਗਤ ਦੇ ਉਸ ਵੇਲੇ ਆਗੂ ਕੋਲ ਪਹੁੰਚਿਆ, ਉਹ ਕੌਣ ਸੀ? ਉਹ ਸੀ ਭਾਈ ਹਰਦਿਆਲ। ਭਾਈ ਹਰਦਿਆਲ ਹੁਣ ਇਲਾਕੇ ਦੀ ਸੰਗਤ ਲੈ ਕੇ ਤੁਰਿਆ ਹੈ, ਆ ਤੁਹਾਡੇ ਇਲਾਕੇ ਤੋਂ, ਇਹਨਾਂ ਪਿੰਡਾਂ ਚੋਂ ਮੈਂ ਜ਼ਿਕਰ ਕਰ ਰਿਹਾ, ਇਹਨਾਂ ਪਿੰਡਾਂ ਵਿੱਚੋਂ ਇੱਕ ਜਥਾ ਸੰਗਤ ਦਾ ਤੁਰਿਆ। ਇਸ ਜਥੇ ਦੀ ਅਗਵਾਈ ਕਿਹਦੇ ਕੋਲ ਹੈ? ਭਾਈ ਹਰਦਿਆਲ ਕੋਲ। ਅਜੇ ਉਹ ਸਿੰਘ ਨਹੀਂ, ਅਜੇ ਉਹ ਅੰਮ੍ਰਿਤਧਾਰੀ ਨਹੀਂ, ਤੇ ਉਹ ਚਾਹੁੰਦਾ ਹੈ ਕਿ ਗੁਰੂ ਦੀ ਬਖਸ਼ਿਸ਼ ਮਿਲ ਜਾਏ। ਹੁਣ ਪੜਾਅ ਦਰ ਪੜਾਅ ਇਹ ਜਥਾ ਜਿਹੜਾ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਉਹਦੇ ਗੁਣ ਗਾਉਂਦਾ ਹੋਇਆ, ਮੰਜਲਾ ਮਾਰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾ ਹੈ। ਅੱਗੇ ਸਤਿਗੁਰੂ ਪਾਤਸ਼ਾਹ ਦਾ ਦਰਬਾਰ ਲੱਗਾ ਹੈ ਕਲਗੀਧਰ ਪਾਤਸ਼ਾਹ ਦਾ। ਇੱਕ ਵਾਰੀ ਦਸ਼ਮੇਸ਼ ਪਿਤਾ ਤੋਂ ਸਦਕੇ ਜਾਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਕੁਝ ਮੰਗਦਾ ਤੇ ਕੋਈ ਕੁਝ ਮੰਗਦਾ, ਆਪਾਂ ਵੀ ਆਉਂਦੇ ਹਾਂ, ਦੁਨਿਆਵੀ ਲੋੜਾਂ ਦੀ ਪੂਰਤੀ ਵਾਸਤੇ ਮੰਗਿਆ ਹੋਵੇਗਾ, ਇੱਥੋਂ ਹੀ ਮੰਗਣਾ ਸਿੱਖ ਨੇ। ਸਿੱਖ ਵਾਸਤੇ ਦੂਜਾ ਦਾਰੀ ਕੋਈ ਨਹੀਂ ਹੈ ਜਿੱਥੋਂ ਜਾ ਕੇ ਸਿੱਖ ਮੰਗਦਾ ਫਿਰੇ। ਸਿੱਖ ਵਾਸਤੇ ਤੇ ਦੂਜਾ ਦਰ ਕੋਈ ਨਹੀਂ, ਸਿੱਖ ਦਾ ਤੇ ਭਰੋਸਾ ਹੀ ਇਹ ਹੈ, ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ ਦਿੰਦਾ ਤੋਟ ਨਾ ਬਈ, ਅਗੰਤ ਭਰੇ ਭੰਡਾਰ। ਅਗੰਤ ਦਾ ਕੀ ਅਰਥ ਹੁੰਦਾ ਭਲਾ? ਅਗੰਤ ਦਾ ਅਰਥ ਹੁੰਦਾ ਜਿਹਦੀ ਗਿਣਤੀ ਨਹੀਂ ਹੋ ਸਕਦੀ, ਇੰਨੇ ਭੰਡਾਰ ਹੈ ਵੀ ਕੋਈ ਗਿਣਤੀ ਨਹੀਂ ਕਰ ਸਕਦਾ, ਅਗੰਤ ਗਿਣੇ ਨਹੀਂ ਜਾ ਸਕਦੇ, ਇਹਦਾ ਹੀ ਹੈ ਨਾ। ਅਗੰਤ ਭਰੇ ਭੰਡਾਰ, ਭਰੇ ਹੋਏ ਭੰਡਾਰ ਹੈ, ਖਾਲੀ ਨਹੀਂ। ਸਿੱਖੋ ਇੱਕ ਵਾਰੀ ਕਹੋ, ਸਭਨਾ ਜੀਆਂ ਕਾ ਇੱਕ ਦਾਤਾ, ਕਿਹੜਾ ਭਲਾ? ਧੰਨ ਗੁਰੂ ਗ੍ਰੰਥ ਸਾਹਿਬ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ, ਇਹ ਭਰੋਸਾ ਲੈ ਕੇ ਜਾਇਓ ਗੁਰੂ ਦੇ ਚਰਨਾਂ ਚ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਭਰੋਸਾ ਲੈ ਕੇ ਜਾਇਓ। ਜਾਪ ਸਾਹਿਬ ਦੀ ਸਮਾਪਤੀ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪ ਹੈ ਸਦਾ ਅੰਗ ਸੰਗੇ ਅਪੰਗੰਗ, ਇਹ ਭਰੋਸਾ ਲੈ ਕੇ ਜਾਇਓ, ਸਤਿਗੁਰੂ ਪਾਤਸ਼ਾਹ ਦੇ ਦਰ ਤੋਂ ਵੱਡੀ ਬਖਸ਼ਿਸ਼ ਮਿਲੇਗੀ। ਲਓ ਪਿਆਰਿਓ, ਇਹ ਭਰੋਸਾ ਲੈ ਕੇ ਤੁਰੇ ਸਿੱਖ ਪਿਆਰੇ, ਤੇ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ ਹੈ, ਤੇ ਤੁਹਾਡੇ ਇਲਾਕੇ ਦਾ ਉਸ ਵੇਲੇ ਜਿਹੜਾ ਆਗੂ ਜਿਹੜਾ ਜਥੇਦਾਰ ਹੈ ਜਥੇਦਾਰ, ਉਹਨੇ ਗਲ ਵਿੱਚ ਪੱਲਾ ਪਾ ਕੇ ਕੀ ਮੰਗਿਆ? ਉਹਦਾ ਨਾਂ ਭਾਈ ਹਰਦਿਆਲ ਹੈ, ਮੈਂ ਜ਼ਿਕਰ ਕਰ ਦਿੱਤਾ। ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਭਾਈ ਹਰਦਿਆਲ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਖਲੋ ਕੇ ਐਂ ਬੇਨਤੀ ਕਰ, ਹੱਥ ਜੋੜ ਹਰਦਿਆਲ ਸਿੰਘ ਅਰਜ ਕੀਤੀ, ਹੱਥ ਜੋੜ ਹਰਦਿਆਲ ਸਿੰਘ ਅਰਜ ਕੀਤੀ, ਕਲਗੀ ਵਾਲੇ ਆਇਆ ਸਪਗਾ ਦੇਵੋ, ਕਲਗੀ ਵਾਲੇ ਆਇਆ ਸਪਗਾ ਦੇਵੋ। ਕਿਰਪਾ ਕਰਦੇ ਹੋ ਦਾਸ ਦੀ ਖੋਲੀ ਉੱਤੇ, ਕੋਲੀ ਉੱਤੇ ਇਹਦਾ ਕੋਲੀ ਉੱਤੇ, ਕਿਰਪਾ ਕਰਦੀ ਉਹ ਦਾਸ ਦੀ ਕੋਲੀ ਉੱਤੇ, ਚੋਰੀ ਦਾ ਸ਼ਹੀਦੀਆਂ ਪਾ ਦੇਵੋ, ਚੋਰੀ ਦਾ ਸ਼ਹੀਦੀਆਂ ਪਾ ਦੇਵੋ। ਆਪਣੇ ਖੰਡੇ ਦੀ ਪਾਲ ਦੇ ਕੇ, ਪਾਲ ਦੇ ਕੇ, ਪਾਲ ਦੇ ਕੇ, ਹੱਥੀ ਆਪਣੇ ਖੰਡੇ ਦੀ ਪਾਲ ਦੇ ਕੇ, ਸੋਹਣੇ ਮੁਖ ਚੋਂ ਰਹਿਤ ਸਮਝਾ ਦੇਵੋ, ਸੋਹਣੇ ਮੁਖ ਚੋਂ ਰਹਿਤ ਸਮਝਾ ਦੇਵੋ। Thank you.
पंथ दी बख्शो परिवार मेरे परिवार मेरे परिवार मेरे सेवा पंथ दी बख्शो परिवार मेरे सागर मेरा विच भजन फरमा देवो सागर मेरा विच भजन फरमा देवो सागर मेरा विच भजन फरमा देवो ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀ ਚਕਾਉਂਦਿਆਂ ਹੋਇਆਂ ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਭਾਈ ਹਰਦਿਆਲ ਸਿੰਘ ਨੇ ਦੋਵੇਂ ਹੱਥ ਜੋੜੇ ਗਲ ਪੱਲਾ ਪਾਇਆ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਕਲਗੀਧਰ ਪਾਤਸ਼ਾਹ ਅੱਗੇ ਬੇਨਤੀ ਕਰ ਰਿਹਾ ਇਹ ਬੇਨਤੀ ਕਿਹੜੀ ਹਰ ਕੋਈ ਨਹੀਂ ਇਹ ਦਾਤ ਲੈਣ ਵਾਸਤੇ ਹਰ ਕੋਈ ਥੋੜੀ ਕਹਿ ਸਕਦਾ ਸਤਿਗੁਰੂ ਜੀ ਸ਼ਹਾਦਤਾਂ ਦੀ ਦਾਤ ਦਿਓ ਮੰਗ ਸਕਦਾ ਕੋਈ ਨਹੀਂ ਔਖਾ ਹੈ ਉਹੀ ਮੰਗ ਸਕਦਾ ਜਿਹਦੇ ਕੋਲ ਸਿਮਰਨ ਹੋਵੇਗਾ ਸਿਮਰਨ ਤੋਂ ਬਿਨਾਂ ਸ਼ਹਾਦਤ ਨਹੀਂ ਕਦੇ ਮਿਲੇਗੀ ਬਿਨਾਂ ਸਿਮਰਨ ਸ਼ਹਾਦਤ ਨਹੀਂ ਕਦੇ ਮਿਲਦੀ ਸਿਮਰਨ ਸਦਕਾ ਸ਼ਹੀਦ ਅਖਵਾਈ ਦਾ ਜਾਣਾ ਹੋਵੇ ਜੇ ਯਾਰ ਦੀ ਗਲੀ ਵੱਲੇ ਪਹਿਲਾਂ ਤਲੀ ਤੇ ਸੀਸ ਟਿਕਾਈਦਾ ਏ ਇਸ਼ਕ ਹੋਵੇ ਜੇ ਕੌਮ ਲਈ ਜੂਝਣੇ ਦਾ ਸਿਰ ਧੜਦੀ ਬਾਜੀ ਨੂੰ ਲਾਈਦਾ ਏ ਪਹਿਲਾਂ ਮਰਨ ਕਬੂਲ ਜੇ ਹੋਏ ਸਾਗਰ ਰੁਤਬਾ ਫੇਰ ਸ਼ਹੀਦ ਦਾ ਪਾਈਦਾ ਏ ਪਹਿਲਾਂ ਮਰਨ ਕਬੂਲ ਜੇ ਕਿਤੇ ਇਹ ਹਿਰਦਾ ਬੋਲੇ ਤੇ ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ ਭਾਈ ਹਰਦਿਆਲ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਤੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਹੀ ਐਲਾਨ ਕਰ ਦਿੱਤਾ ਸੀ ਬਈ ਕੌਮ ਨੂੰ ਫਿਰ ਕੁਰਬਾਨੀਆਂ ਦੀ ਲੋੜ ਹੈ ਸ਼ਹਾਦਤਾਂ ਦੀ ਲੋੜ ਹੈ ਤੇ ਮਰਜ਼ੀਵੜੇ ਆਉਣ ਜਿਹੜੇ ਕੌਮ ਵਾਸਤੇ ਸ਼ਹਾਦਤ ਦੇ ਸਕਣ ਕੁਰਬਾਨ ਹੋ ਸਕਣ ਤੇ ਸਤਿਗੁਰੂ ਪਾਤਸ਼ਾਹ ਜੀ ਲੇਟ ਹੋ ਗਏ ਆ ਮਾਫ਼ ਕਰ ਦਿਓ ਤੇ ਹੁਣ ਕਿਰਪਾ ਕਰੋ ਮੈਨੂੰ ਇਹ ਖੰਡੇ ਕੀ ਪੌਲ ਅੰਮ੍ਰਿਤ ਦੀ ਦਾਤ ਦੇ ਕੇ ਖਾਲਸਾ ਪੰਥ ਦਾ ਹਿੱਸਾ ਬਣਾ ਲਓ ਕਿੰਨੇ ਕਿਹਾ ਵੀ ਜਿੰਨਿਆਂ ਕਿੰਨੇ ਆ ਕੇ ਗੁਰੂ ਦੇ ਚਰਨਾਂ ਵਿੱਚ ਇਹ ਕਿਹਾ ਹੋਵੇ ਬਈ ਜੇ ਅਜੇ ਅੰਮ੍ਰਿਤ ਨਹੀਂ ਤੇ ਸਤਿਗੁਰੂ ਜੀ ਕਿਰਪਾ ਕਰੋ ਮਨ ਦਾ ਹੀ ਫੁਰਨਾ ਬਣਾ ਦਿਓ ਕਦੇ ਕਿਰਪਾ ਕਰ ਦਿਓ ਰਹਿਮਤ ਕਰ ਦਿਓ ਅਰਦਾਸ ਤੇ ਕਰ ਹੀ ਸਕਦੇ ਹਾਂ ਸਤਿਗੁਰੂ ਜੀ ਸਿੱਖੀ ਦਿਓ ਇੰਨਾ ਹੀ ਕਹਿਣਾ ਬਸ ਸਤਿਗੁਰੂ ਪਾਤਸ਼ਾਹ ਜੀ ਆਪਣੇ ਚਰਨੀ ਲਾਓ ਸਿੱਖੀ ਬਖਸ਼ਿਸ਼ ਕਰੋ ਅੱਗੇ ਆਪੇ ਰਹਿਮਤ ਹੋ ਜਾਏਗੀ ਆਪੇ ਹੀ ਮਨ ਬਣ ਜਾਏਗਾ ਆਪੇ ਹੀ ਜਿਸ ਮਨ ਦੇ ਫੁਰਨੇ ਨੂੰ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਸਤਿਗੁਰੂ ਜਾਣਦਾ ਹੈ ਨਾ ਆਪੇ ਹੀ ਫੁਰਨਾ ਬਣ ਜਾਏਗਾ ਇੱਕ ਦਿਨ ਜਦੋਂ ਅਰਦਾਸ ਕਰੋਗੇ ਅਰਦਾਸ ਕਰਨ ਤੋਂ ਬਿਨਾਂ ਤੇ ਗੱਲ ਨਹੀਂ ਨਾ ਬਣਨੀ ਅਰਦਾਸ ਤੇ ਕਰਨੀ ਪਏਗੀ ਨਾ ਬਈ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਆਹ ਨਗੁਰੇ ਪੁਣੇ ਦੀ ਜੂਠ ਲੈ ਦੇ ਤੇ ਅਸੀਂ ਖੰਡੇ ਕੀ ਪੌਲ ਅੰਮ੍ਰਿਤ ਦੀ ਦਾਤ ਲੈ ਕੇ ਤੇਰੇ ਸਿੰਘ ਸੱਜ ਜਾਈਏ ਭਾਈ ਹਰਦਿਆਲ ਸਿੰਘ ਕਹਿੰਦਾ ਸਤਿਗੁਰੂ ਪਾਤਸ਼ਾਹ ਜੀ ਆਪਣੇ ਹੱਥੀ ਖੰਡੇ ਦੀ ਪੌਲ ਦਿਓ ਸਤਿਗੁਰੂ ਪਾਤਸ਼ਾਹ ਨੇ ਵੀ ਕਿਰਪਾ ਕੀਤੀ ਤੇ ਦੂਜੀ ਦਾਤ ਮੰਗੀ ਸ਼ਹਾਦਤਾਂ ਦੀ ਤੇ ਕਹਿੰਦੇ ਭਾਈ ਹਰਦਿਆਲ ਸਿੰਘ ਨੇ ਕਿਹਾ ਸੀ ਸਤਿਗੁਰੂ ਜੀ ਮੇਰੀ ਝੋਲੀ ਵਿੱਚ ਵੀ ਸ਼ਹਾਦਤ ਦੀ ਦਾਤ ਪਾਓ ਤੇ ਮੇਰੀ ਕੁੱਲ ਵਿੱਚ ਵੀ ਸ਼ਹਾਦਤਾਂ ਰਹਿ ਜਾਣ ਅਸੀਂ ਆਪਣੇ ਵਾਸਤੇ ਨਹੀਂ ਮੰਗ ਸਕਦੇ ਕੁੱਲ ਵਾਸਤੇ ਕੀ ਮੰਗਣਾ ਹੋਰ ਕੁਝ ਤੇ ਮੰਗ ਲਾਂਗੇ ਕੋਠੀਆਂ ਕਾਰਾਂ ਬੰਗਲੇ ਜ਼ਮੀਨਾਂ ਜਾਇਦਾਦਾਂ ਸਰਦਾਰੀਆਂ ਚਾਹੀਦੀਆਂ ਮੰਗਣੀਆਂ ਖਿਆਲ ਕਰੋ ਪਰ ਕੋਈ ਵਿਰਲਾ ਹੀ ਹੈ ਜਿਹੜਾ ਇਹ ਦਾਤ ਮੰਗਦਾ ਹੋਵੇ ਆਪਣੇ ਵਾਸਤੇ ਵੀ ਸ਼ਹਾਦਤ ਮੰਗ ਰਿਹਾ ਆਪਣੇ ਵਾਸਤੇ ਤੇ ਕੁੱਲ ਵਿੱਚ ਸ਼ਹਾਦਤ ਰਹਿ ਜਾਏ ਵੀ ਬੇਨਤੀ ਕਰ ਰਿਹਾ ਤੇ ਸਤਿਗੁਰੂ ਪਾਤਸ਼ਾਹ ਨੇ ਮਿਹਰ ਭਰਿਆ ਸਮਰੱਥ ਗੁਰੂ ਸਿਰਹੱਥ ਧਰਿਓ ਇਹ ਵਚਨ ਕਰ ਦਿੱਤੇ ਕਹਿੰਦੇ ਜਾ ਕੁੱਲ ਵਿੱਚ ਵੀ ਸ਼ਹਾਦਤਾਂ ਰਹਿ ਜਾਣਗੀਆਂ ਭਾਈ ਹਰਦਿਆਲ ਸਿੰਘ ਜਨਰਲ ਸਵੇਕ ਸਿੰਘ ਦਾ ਸਭ ਤੋਂ ਪਹਿਲਾ ਵੱਡਾ ਇਹ ਹੈ ਜਿਹੜਾ ਕਲਗੀਧਰ ਪਾਤਸ਼ਾਹ ਦੇ ਵੇਲੇ ਅੰਮ੍ਰਿਤ ਧਾਰੀ ਹੋਇਆ ਜਿਹਨੇ ਆਪਣੀ ਕੁੱਲ ਵਿੱਚ ਸ਼ਹਾਦਤਾਂ ਦੀ ਦਾਤ ਮੰਗੀ ਸੀ ਜਨਰਲ ਸਵੇਕ ਸਿੰਘ ਦਾ ਵੱਡਾ ਇਹ ਹਰਦਿਆਲ ਸਿੰਘ ਹਰਦਿਆਲ ਸਿੰਘ ਕਦੋਂ ਸ਼ਹੀਦ ਹੋਇਆ ਕਈ ਵਾਰੀ ਕੁਝ ਗੱਲਾਂ ਤੁਹਾਨੂੰ ਇਹਨਾਂ ਕਿਤਾਬਾਂ ਵਿੱਚੋਂ ਪੜ੍ਹਨ ਨੂੰ ਨਹੀਂ ਮਿਲਣਗੀਆਂ ਜਿਹੜੀ ਬਜ਼ੁਰਗਾਂ ਦੀ ਸੰਗਤ ਕਰਕੇ ਕੋਈ ਗੱਲ ਮਿਲ ਜਾਂਦੀ ਹੈ ਨਾ ਉਹ ਤੁਹਾਨੂੰ ਗ੍ਰੰਥਾਂ ਵਿੱਚੋਂ ਪੜ੍ਹਨ ਨੂੰ ਵੀ ਨਹੀਂ ਮਿਲੇਗੀ ਇਹ ਮੰਨਿਆ ਜਾਂਦਾ ਸੀਨਾ ਬਸੀਨਾ ਸਾਡਾ ਇਤਿਹਾਸ ਵੀ ਜਿਹੜਾ ਬਜ਼ੁਰਗਾਂ ਕੋਲੋਂ ਸੁਣ ਕੇ ਹੀ ਲਿਖਿਆ ਹੈ ਭਾਵੇਂ ਸਾਡੇ ਜਿੰਨੇ ਮਰਜ਼ੀ ਕੌਮ ਦੇ ਇਹ ਵੱਡੇ ਵਿਦਵਾਨ ਨੇ ਪਰ ਇਹ ਇਤਿਹਾਸ ਦਾ ਸੱਚ ਹੈ ਮੌਜੂਦਾ ਸਮੇਂ ਦੇ ਬਿਰਤਾਂਤ ਨੂੰ ਕੋਈ ਲਿਖਣ ਵਾਲਾ ਵਿਰਲਾ ਹੀ ਹੋਇਆ ਸਮੇਂ ਇੱਦਾਂ ਦੇ ਸੀ ਪਿਆਰੋ ਉਸ ਵੇਲੇ ਬਹੁਤਾ ਇਤਿਹਾਸ ਸਾਡਾ ਜਿਹੜਾ ਹੈ ਉਹ ਬਜ਼ੁਰਗਾਂ ਕੋਲ ਜਿਨ੍ਹਾਂ ਨੇ ਅੱਖੀ ਵੇਖਿਆ ਸੀ ਸਭ ਕੁਝ ਉਹਨਾਂ ਨੇ ਸੁਣਾਇਆ ਅੱਗੇ ਸੁਣਾਇਆ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਸੀਨਾ ਬਸੀਨਾ ਅੱਗੇ ਚੱਲਦੀ ਰਹੀ ਗੱਲ ਹਰਦਿਆਲ ਸਿੰਘ ਸ਼ਹੀਦ ਹੋਇਆ ਸਤਿਗੁਰੂ ਪਾਤਸ਼ਾਹ ਨੇ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਿਆ ਨਾ ਕਿਲਿਆਂ ਦੀ ਰਾਖੀ ਕਰਨ ਵਾਸਤੇ ਭਾਈ ਹਰਦਿਆਲ ਸਿੰਘ ਦੀ ਜ਼ਿੰਮੇਵਾਰੀ ਲਾਈ ਇਹ ਕਿਲਿਆਂ ਦੀ ਰਾਖੀ ਕਰਦਾ ਕਰਦਾ ਸ਼ਹੀਦ ਹੋ ਗਿਆ ਜਨਰਲ ਸਵੇਕ ਸਿੰਘ ਦਾ ਸਭ ਤੋਂ ਪਹਿਲਾ ਸ਼ਹੀਦ ਹੋਣ ਵਾਲਾ ਭਾਈ ਹਰਦਿਆਲ ਸਿੰਘ ਭਾਈ ਹਰਦਿਆਲ ਸਿੰਘ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਸੀ ਹਰਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਦਸ਼ਮੇਸ਼ ਪਿਤਾ ਨੇ ਜਦੋਂ ਤੋਰਿਆ ਨਦੇੜ ਤੋਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ
ਮੁਗਲਾਂ ਦੇ 700 ਸਾਲ ਦੇ ਜ਼ੁਲਮੀ ਰਾਜ ਨੂੰ 6 ਸਾਲਾਂ ਚ ਖਤਮ ਕਰਨ ਵਾਲਾ ਇਹ ਕਮਾਲੇ ਕਰਾਮਾਤ ਕਰ ਗਿਆ ਕਲਗੀਧਰ ਪਾਤਸ਼ਾਹ ਤੋਂ ਬਾਅਦ ਉਹਦਾ ਜਰਨੈਲ ਜਿਹੜਾ ਪੰਥ ਨੇ ਬਾਦਸ਼ਾਹ ਮੰਨਿਆ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ ਇਹ ਹਰਾਜ ਸਿੰਘ ਦੁਸ਼ਮਣ ਨਾਲ ਲੜਦਾ ਹੋਇਆ ਉਹ ਜਿਹੜੀਆਂ ਲੜਾਈਆਂ ਲੜੀਆਂ ਗਈਆਂ ਉਹਨਾਂ ਲੜਾਈਆਂ ਦੇ ਵਿੱਚ ਸ਼ਹੀਦ ਹੋ ਜਾਂਦਾ ਹਰਦਿਆਲ ਸਿੰਘ ਤੋਂ ਬਾਅਦ ਉਹਦਾ ਪੁੱਤਰ ਹਰਾਜ ਸਿੰਘ ਸ਼ਹੀਦ ਹੋ ਗਿਆ ਹਰਾਜ ਸਿੰਘ ਦਾ ਪੁੱਤਰ ਹੋਇਆ ਜਗਤ ਸਿੰਘ ਸਮਾਂ ਸੀ ਕਦੇ ਪਿਆਰੋ ਮਿਸਲਾਂ ਦਾ ਮਿਸਲਾਂ ਦੇ ਸਮੇਂ ਇਹ ਮੰਨਿਆ ਜਾਂਦਾ ਹੈ ਕਿ ਜੱਸਾ ਸਿੰਘ ਆਲੂ ਵਾਲੀਆ ਦੀ ਕਮਾਂਡ ਥੱਲੇ ਲੜ ਕੇ ਇਹਨੇ ਵੀ ਆਪਣੀ ਸ਼ਹੀਦੀ ਦਿੱਤੀ ਹੈ ਇਹ ਤਿੰਨ ਹੋ ਗਏ ਜਨਰਲ ਸ਼ਬੇਕ ਸਿੰਘ ਦੇ ਸ਼ਹੀਦ ਹਰਦਿਆਲ ਸਿੰਘ ਕਲਗੀਧਰ ਪਾਤਸ਼ਾਹ ਵੇਲੇ ਹਰਾਜ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਅੱਗੇ ਮਿਸਲਾਂ ਦੇ ਵੇਲੇ ਜਗਤ ਸਿੰਘ ਖਿਆਲ ਕਰੋ ਜਗਤ ਸਿੰਘ ਦਾ ਜਿਹੜਾ ਪੁੱਤਰ ਹੋਇਆ ਤੁਸੀਂ ਸਾਰੇ ਜਾਣਦੇ ਹੋ ਜਦੋਂ ਇਹ ਨਾਂ ਜ਼ਬਾਨ ਤੋਂ ਲੈਂਦੇ ਹਾਂ ਤੇ ਸਾਡੇ ਸਾਹਮਣੇ ਇੱਕ ਬੜੀ ਬਹਾਦਰੀ ਦੀ ਤਸਵੀਰ ਜਿਹੜੀ ਹੈ ਬਿਲਕੁਲ ਸਾਫ ਨਿਖਰ ਕੇ ਆਉਂਦੀ ਹੈ ਉਹਦੇ ਨਾਂ ਨੂੰ ਬੱਚਾ ਬੱਚਾ ਜਾਣਦਾ ਹੈ ਨਾਲ ਉਹਦੇ ਇੱਕ ਸਾਥੀ ਹੈ ਦੋਵਾਂ ਦੀ ਜੋੜੀ ਹੈ ਇਹ ਕੌਣ ਹੈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮਹਿਤਾਬ ਸਿੰਘ ਜਗਤ ਸਿੰਘ ਦਾ ਹੀ ਪੁੱਤਰ ਹੈ ਪਿਆਰੋ ਜਨਰਲ ਸ਼ਬੇਕ ਸਿੰਘ ਦਾ ਵੱਡਾ ਮੀਰਾਂ ਕੋਟੀਆ ਜਿਹਨੂੰ ਕਿਹਾ ਜਾਂਦਾ ਹੈ ਪੰਗੂ ਹੁਣ ਇੱਕ ਵਾਰੀ ਫਿਰ ਦੁਹਰਾ ਦਿਆਂ ਹਰਦਿਆਲ ਸਿੰਘ ਦਾ ਪੁੱਤਰ ਹਰਾਜ ਸਿੰਘ ਹਰਾਜ ਸਿੰਘ ਦਾ ਪੁੱਤਰ ਜਗਤ ਸਿੰਘ ਜਗਤ ਸਿੰਘ ਦਾ ਪੁੱਤਰ ਮਹਿਤਾਬ ਸਿੰਘ ਮਹਿਤਾਬ ਸਿੰਘ ਦਾ ਪੁੱਤਰ 7 ਸਾਲ ਦਾ ਸੀ ਜਦੋਂ ਇਹਦੀ ਬਾਂਹ ਸਮਾਂ ਇੱਦਾਂ ਦਾ ਭਿਆਨਕ ਚੱਲ ਰਿਹਾ ਸੀ ਇਹਨੇ ਆਪਣਾ ਪਿੰਡ ਛੱਡਿਆ ਪਰਿਵਾਰ ਛੱਡਿਆ ਮਹਿਤਾਬ ਸਿੰਘ ਨੇ ਤੇ ਪੁੱਤਰ ਦੀ ਬਾਂਹ ਪਿੰਡ ਦੇ ਨੰਬਰਦਾਰ ਨੱਥੇ ਖਹਿਰੇ ਦੇ ਹੱਥ ਵਿੱਚ ਦਿੱਤੀ ਇਹ ਉਹੀ ਨੱਥਾ ਖਹਿਰਾ ਹੈ ਪਿੰਡ ਦਾ ਨੰਬਰਦਾਰ ਜਿਹਨੇ ਉਹ ਬਚਨ ਪੁਗਾ ਦਿੱਤੇ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋੜੀਏ ਆਪ ਵੀ ਸ਼ਹੀਦ ਹੋ ਗਿਆ ਇਹਦਾ ਪੁੱਤਰ ਵੀ ਸ਼ਹੀਦ ਹੋ ਗਿਆ ਇਹਦੇ ਘਰ ਦੇ 2 ਨੌਕਰ ਵੀ ਸ਼ਹੀਦ ਹੋ ਗਏ ਰਾਏ ਸਿੰਘ ਤੇ ਵਾਰ ਤੇ ਹੋਏ ਸੀ ਮਹਿਤਾਬ ਸਿੰਘ ਦੇ ਪੁੱਤਰ ਤੇ 7 ਸਾਲ ਦਾ ਸੀ ਤੁਸੀਂ ਸੁਣਿਆ ਹੋਵੇਗਾ ਇਹ ਪ੍ਰਸੰਗ ਪਰ ਰਾਏ ਸਿੰਘ ਬਚ ਗਿਆ ਸੀ ਰਾਏ ਸਿੰਘ ਜਿਹੜਾ ਵੱਡਾ ਘੱਲੂ ਘਾਰਾ ਹੋਇਆ ਹੈ ਕੋਪਰੀੜੇ ਦੇ ਮੈਦਾਨ ਵਿੱਚ ਮਾਲਵੇ ਦੀ ਧਰਤੀ ਤੇ ਉੱਥੇ ਸ਼ਹੀਦ ਹੁੰਦਾ ਹੈ ਰਾਏ ਸਿੰਘ ਕਈਆਂ ਨੇ ਇੱਥੇ ਕਿਹਾ ਇੱਥੇ ਜ਼ਖਮ ਆਏ ਉਸ ਤੋਂ ਬਾਅਦ ਸ਼ਹੀਦ ਹੁੰਦਾ ਰਹੋ ਵਿਚਾਰ ਪਰ ਹੋਇਆ ਸ਼ਹੀਦ ਹੈ ਕਿੰਨੇ ਹੋ ਗਏ ਵੀ 5 ਹੋ ਗਏ ਜਨਰਲ ਸ਼ਬੇਕ ਸਿੰਘ ਦੇ ਵੱਡੇ ਸ਼ਹੀਦ ਰਾਏ ਸਿੰਘ ਦਾ ਆਗਾ ਪੁੱਤਰ ਇਤਿਹਾਸ ਸਾਡੇ ਸਾਹਮਣੇ ਹੈ ਕਈਆਂ ਪੋਤਰੇ ਦਾ ਜ਼ਿਕਰ ਕੀਤਾ ਕਈਆਂ ਪੁੱਤਰ ਦਾ ਜ਼ਿਕਰ ਕੀਤਾ ਹੈ ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਪ੍ਰਾਚੀਨ ਪੰਥ ਪ੍ਰਕਾਸ਼ ਦਾ ਰਚੇਤਾ ਜਿਹੜਾ ਹੈ ਲਿਖਣ ਵਾਲਾ ਜਿਹੜਾ ਹੈ ਉਹ ਰਾਏ ਸਿੰਘ ਦੇ ਪਰਿਵਾਰ ਵਿੱਚੋਂ ਹੀ ਹੈ ਜਨਰਲ ਸ਼ਬੇਕ ਸਿੰਘ ਦੇ ਪਰਿਵਾਰ ਵਿੱਚੋਂ ਹੀ ਇਹਦੇ ਅਗਾਂਹ 2 ਪੁੱਤਰ ਹੋਏ ਨੇ ਰਤਨ ਸਿੰਘ ਦੇ ਗੁਰਮੁਖ ਸਿੰਘ ਤੇ ਸਰਮੁਖ ਸਿੰਘ ਇਹ ਵੀ ਸ਼ਹੀਦ ਹੋਏ ਤੇ ਸਰਮੁਖ ਸਿੰਘ ਦੇ ਅਗਾਂਹ 2 ਪੁੱਤਰ ਹੋਏ ਨੇ ਲਾਲ ਸਿੰਘ ਤੇ ਨੰਦ ਸਿੰਘ ਇਹ ਵੀ ਸ਼ਹੀਦ ਹੋਏ ਨੰਦ ਸਿੰਘ ਦਾ ਪੁੱਤਰ ਹੈ ਭਗਵਾਨ ਸਿੰਘ ਤੇ ਭਗਵਾਨ ਸਿੰਘ ਦੇ ਘਰ ਆ ਤੁਹਾਡੇ ਨੇੜੇ ਪਿੰਡ ਖਿਆਲਾ ਹੈ ਇਸ ਧਰਤੀ ਤੇ ਜਨਰਲ ਸ਼ਬੇਕ ਸਿੰਘ ਦਾ ਜਨਮ ਹੁੰਦਾ ਹੈ ਖਿਆਲ ਕਰੋ ਉਹ ਇੱਕ ਮਹਾਨ ਰੂਹ ਸੰਸਾਰ ਉੱਤੇ ਆਈ ਹੈ ਕੌਣ ਜਾਣਦਾ ਸੀ ਬਚਪਨ ਵੇਲੇ ਕਿ ਇਹ ਸ਼ਬੇਕ ਸਿੰਘ ਵੱਡਾ ਹੋ ਕੇ ਆਹ ਕੁਝ ਕਰ ਜਾਏਗਾ ਜਿਹਦਾ ਨਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਜਾਣਿਆ ਜਾਏਗਾ ਲਓ ਪਿਆਰਿਓ ਮਾਝੇ ਦੀ ਧਰਤੀ ਦੇ ਉੱਤੇ ਸ਼ਹੀਦਾਂ ਦੀ ਧਰਤੀ ਤੇ ਇੱਕ ਹੋਰ ਮਹਾਨ ਸ਼ਹੀਦੀ ਰੂਹ ਆਈ ਹੈ ਉਹ ਜਨਰਲ ਸ਼ਬੇਕ ਸਿੰਘ ਹੈ ਤੇ ਇਹ ਮਾਝੇ ਦੀ ਧਰਤੀ ਤੇ ਜਿਹੜਾ ਮਾਹੌਲ ਉਸ ਵੇਲੇ ਸਿਰਜਿਆ ਗਿਆ ਉਹ ਸਾਰੇ ਆਲੂ ਢਾਡੀ ਜਥਾ ਹੈ ਮਾਝੇ ਦੀ ਧਰਤੀ ਤੇ ਜੰਮਿਆ ਜੋਦਾ ਪਿੰਡ ਖਿਆਲੇ ਮਾਝੇ ਦੀ ਧਰਤੀ ਤੇ ਜੰਮਿਆ ਜੋਦਾ ਪਿੰਡ ਖਿਆਲੇ ਦੀਪ ਕ੍ਰਿਸ਼ਨ ਆਇਆ ਹੈ ਇੱਥੇ ਗੁਰਸਿੱਖਾਂ ਦੇ ਬੇੜੇ ਲੰਗ ਸਿੰਘ ਭਗਵਾਨ ਸਿਓ ਹੋ ਹੋ
ਸਿਓ ਅੱਜ ਤੋਂ ਹੋ ਗਿਆ ਭਾਗਾਂ ਵਾਲੇ ਮਾਝੇ ਦੀ ਧਰਤੀ ਤੇ ਜੰਮਿਆ ਜੋਧਾ ਪਿੰਡ ਖਿਆਲੇ ਮਾਝੇ ਦੀ ਧਰਤੀ ਤੇ ਜੰਮਿਆ ਜੋਧਾ ਪਿੰਡ ਖਿਆਲੇ ਸੱਚ ਕਿਹਾ ਸਿਆਣਿਆਂ ਨੇ ਸਿਆਣਿਆਂ ਦੇ ਹੁੰਦੇ ਪੁੱਤਰ ਜੱਗ ਨਿਸ਼ਾਨੀ ਕੋਈ ਬਿਰਲੀ ਮਾਂ ਜੰਮਦੀ ਕੁੱਖੋਂ ਭਗਤ ਸੂਰਮਾ ਦਾਨੀ ਕੋਈ ਬਿਰਲੀ ਮਾਂ ਜੰਮਦੀ ਕੁੱਖੋਂ ਭਗਤ ਸੂਰਮਾ ਦਾਨੀ ਜੋ ਅੰਮਾ ਹਮਾਰੀ ਦੇਵੇ ਪਾਂਡੀ ਅਠਾਲੇ ਮਾਝੇ ਦੀ ਧਰਤੀ ਤੇ ਜੰਮਿਆ ਜੋਧਾ ਪਿੰਡ ਖਿਆਲੇ ਮਾਝੇ ਦੀ ਧਰਤੀ ਤੇ ਜੰਮਿਆ ਜੋਧਾ ਪਿੰਡ ਖਿਆਲੇ ਜਾਉ ਸੂਰਮਾ ਏ ਇੱਕ ਦਿਨ ਅਣਖੀ ਵੀਰ ਜੁਝਾਰੂ ਕਈ ਗੱਲਾਂ ਕਰਦੇ ਨੇ ਆਪਣੀ ਜਿੰਦ ਧਰਮ ਲਈ ਬਾਰੂ ਕਈ ਗੱਲਾਂ ਕਰਦੇ ਨੇ ਆਪਣੀ ਜਿੰਦ ਧਰਮ ਲਈ ਬਾਰੂ ਚਾਹੀਦੀ ਦੇ ਜਿੰਨੇ ਪੀਣ ਜਾਮ ਪਿਆਲੇ ਮਾਝੇ ਦੀ ਧਰਤੀ ਤੇ ਜੰਮਿਆ ਜੋਧਾ ਪਿੰਡ ਖਿਆਲੇ ਮਾਝੇ ਦੀ ਧਰਤੀ ਤੇ ਜੰਮਿਆ ਜੋਧਾ ਪਿੰਡ ਖਿਆਲੇ ਸ਼ਹੀਦਾਂ ਦੀ ਸ਼ਹੀਦਾਂ ਦੀ ਸਦੀਆਂ ਤੋਂ ਹੀ ਤੁਰਦੀ ਆਏ ਮਹਿਤਾਬ ਸਿੰਘ ਭਰਕੇ ਇਸੇ ਖਾਨਦਾਨ ਨੇ ਜਾਏ ਮਹਿਤਾਬ ਸਿੰਘ ਭਰਕੇ ਇਸੇ ਖਾਨਦਾਨ ਨੇ ਜਾਏ ਇਹਨਾਂ ਦੇ ਵੱਡਿਆਂ ਦੇ ਮਾਝੇ ਦੀ ਧਰਤੀ ਤੇ ਜੰਮਿਆ ਜੋਧਾ ਪਿੰਡ ਖਿਆਲੇ ਮਾਝੇ ਦੀ ਧਰਤੀ ਤੇ ਜੰਮਿਆ ਜੋਧਾ ਪਿੰਡ ਖਿਆਲੇ ਮਾਝੇ ਦੀ ਧਰਤੀ ਤੇ ਜੰਮਿਆ ਜੋਧਾ ਪਿੰਡ ਖਿਆਲੇ ਗੁਰੂ ਚਰਨਾਂ ਵਿੱਚ ਇੱਕ ਵਾਰੀ ਸਾਰੇ ਮਿਲ ਕੇ ਹਾਜ਼ਰੀ ਲਵਾਓ ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਮੈਂ ਉਹਨਾਂ ਦੇ ਪਹਿਲੇ ਜੀਵਨ ਦੀਆਂ ਦੋ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿਉਂਕਿ ਸਮਾਂ ਬੇਹੱਦ ਕੀਮਤੀ ਹੈ ਗੱਲ ਆਪਾਂ 1984 ਦੇ ਘੱਲੂਘਾਰੇ ਤੱਕ ਆ ਕੇ ਮੁਕਾਉਣੀ ਹੈ ਇਸ ਕਰਕੇ ਪਹਿਲਾ ਜਿਹੜਾ ਜੀਵਨ ਦੇਸ਼ ਪ੍ਰਤੀ ਕਿੰਨਾ ਵਫਾਦਾਰ ਸੀ ਜਨਰਲ ਸ਼ਬੇਗ ਸਿੰਘ ਉਹਨੇ ਦੇਸ਼ ਦੀ ਆਬਰੂ ਨੂੰ ਮੋਢਾ ਲਾਇਆ
ਘਰੋਂ ਖਬਰ ਗਈ ਸੀ ਵੀ ਪਿਤਾ ਚੜ੍ਹਾਈ ਕਰ ਗਿਆ। 1965 ਦੀ ਇਹ ਘਟਨਾ ਹੈ, ਆਪ ਜੀ ਨੂੰ ਪਤਾ ਹੋਵੇ। ਆਰਮੀ ਵਿੱਚ ਰਹਿੰਦੇ ਆ, ਫੌਜ ਵਿੱਚ ਰਹਿੰਦੇ ਹੋਇਆ ਇਹ ਬੜੀ ਇੱਕ ਵੱਡੀ ਉਹਨਾਂ ਦੀ ਇਹ ਜੀਵਨ ਦੀ ਘਟਨਾ ਹੈ ਪਿਆਰਿਓ। ਹਲੂਣਾ ਦਿੰਦੀ ਹੈ ਸਾਨੂੰ ਕਿ ਇੱਕ ਸਿੱਖ ਕਿਰਦਾਰ ਕਿੱਦਾਂ ਦਾ ਹੈ, ਇਖਲਾਕ ਕਿੱਦਾਂ ਦਾ ਹੈ ਸਿੱਖ ਦਾ, ਦੀਨ ਸਵੈਮਾਨ ਕਿੱਦਾਂ ਦਾ ਹੈ। ਜੇ ਸਹੁੰ ਚੁੱਕੀ ਹੈ ਜਾ ਕੇ ਦੇਸ਼ ਦੀ ਵਫਾਦਾਰੀ ਵਾਸਤੇ ਤੇ ਉਹਨੂੰ ਨਿਭਾਇਆ ਕਿਵੇਂ ਨਿਭਾਇਆ। ਬਾਕੀ ਡੋਲ ਜਾਣਗੇ, ਸਿੱਖ ਕਦੇ ਡੋਲਦਾ ਨਹੀਂ, ਕਿਉਂਕਿ ਸਿੱਖ ਦੀ ਮਿਸ਼ਨ ਦੀ ਪੂਰਤੀ ਜਿੰਨੀ ਦੇਰ ਤੱਕ ਨਹੀਂ ਹੋ ਜਾਂਦੀ ਸਿੱਖ ਪਿੱਛੇ ਨਹੀਂ ਹਟਦਾ। ਖਾਲਸੇ ਦਾ ਚੱਲਿਆ ਹੋਇਆ ਕਦਮ ਕਿਸੇ ਮੁਹਿੰਮ ਵੱਲ ਉਹ ਕਦੇ ਪਰਤ ਕੇ ਪਿੱਛੇ ਵੱਲ ਨਹੀਂ ਆਉਂਦਾ ਜਿੰਨੀ ਦੇਰ ਤੱਕ ਉਹਨੂੰ ਸਰ ਨਹੀਂ ਕਰ ਲਏ। 1965 ਜੰਗ ਹੈ ਪਾਕਿਸਤਾਨ ਨਾਲ, ਕਸ਼ਮੀਰ ਵਿੱਚ ਡੁੱਟੀ ਹੈ। ਗੋਰਖਾ ਫੌਜ ਦੀ ਕਮਾਂਡ ਸੀ ਇਹਨਾਂ ਦੇ ਕੋਲ, ਗੋਰਖਾ ਫੌਜ ਘਰੋਂ ਇੱਕ ਟੈਲੀਗ੍ਰਾਮ ਗਈ, ਪਿਤਾ ਚੜ੍ਹਾਈ ਕਰ ਗਿਆ, ਜਲਦੀ ਵਾਪਸ ਆ। ਬਾਕੀ ਭਰਾਵਾਂ ਨਾਲ ਹੋ ਕੇ ਪਿਤਾ ਦੀ ਅਰਥੀ ਨੂੰ ਮੋਢਾ ਦੇਣਾ, ਜਿਹੜੀ ਬਾਕੀ ਕਿਰਿਆ ਕਰਨੀ ਹੈ ਉਹ ਸਾਰੀ ਤੇਰੇ ਆਉਣ ਤੇ ਕੀਤੀ ਜਾਣੀ ਹੈ। ਕਹਿੰਦੇ ਕਿਸੇ ਨੂੰ ਨਹੀਂ ਦੱਸਿਆ, ਉਹ ਚਿੱਠੀ ਪੜ੍ਹੀ ਨਾ ਜਦੋਂ, ਕਿਸੇ ਨੂੰ ਨਹੀਂ ਦੱਸਿਆ ਪਿਆਰੋ। ਇੱਕ ਸਿੱਖ ਕਿਰਦਾਰ ਇਖਲਾਕ ਦੀ ਤਸਵੀਰ ਸਾਹਮਣੇ ਆ ਰਹੀ ਹੈ ਕਿ ਦੇਸ਼ ਦੀ ਆਬਰੂ ਨੂੰ ਤੇ ਮੋਢਾ ਲਾਇਆ ਉਸ ਵੇਲੇ, ਪਰ ਪਿਤਾ ਦੀ ਅਰਥੀ ਨੂੰ ਮੋਢਾ ਲਾਉਣ ਵਾਸਤੇ ਨਹੀਂ ਆਏ। ਇੱਥੇ 1947 ਦੀ ਆਜ਼ਾਦੀ ਭਾਵੇਂ ਸਿੱਖਾਂ ਦੀ ਬਰਬਾਦੀ ਬਣ ਕੇ ਆ ਗਈ। ਪੰਜਾਬ ਦੇ ਜਿੰਨੇ ਡਿਪਟੀ ਕਮਿਸ਼ਨਰ ਸੀ ਨਾ, ਇਹਨਾਂ ਨੂੰ ਪਟੇਲ ਨੇ ਚਿੱਠੀਆਂ ਕੱਢ ਦਿੱਤੀਆਂ ਸੀ, ਸਰਦਾਰ ਪਟੇਲ ਜੀ ਨੂੰ ਕਹਿੰਦੇ। ਇਹ ਸਾਰਿਆਂ ਨੇ ਮਿਲ ਕੇ ਕਿਹਾ ਸੀ ਕਿ ਸਿੱਖ ਭਾਈਚਾਰਾ ਬਤੌਰ ਜਰਾਇਮ ਪੇਸ਼ਾ ਹੈ, ਜਰਾਇਮ ਪੇਸ਼ਾ ਲੋਕ ਹੈ। ਹੁਣ ਸਾਨੂੰ ਕਈਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਜਰਾਇਮ ਪੇਸ਼ਾ ਕਿਹਨੂੰ ਕਹਿੰਦੇ। ਮੈਂ 13-14 ਸਫ਼ਰ ਸਿੱਖੀ ਪ੍ਰਚਾਰ ਲਈ ਕੈਨੇਡਾ ਦੇ ਕੀਤੇ ਹੈ, ਲੰਮੇ ਸਮੇਂ ਤੋਂ ਜਾ ਰਹੇ ਹਾਂ। ਹੁਣ ਵੀ ਅਸੀਂ ਯੂਰਪ ਤੋਂ ਆਏ, 5 ਕੰਟਰੀਆਂ 'ਚ ਸਿੱਖੀ ਪ੍ਰਚਾਰ ਕਰਕੇ, ਅਮੈਰੀਕਾ, ਆਸਟ੍ਰੇਲੀਆ, ਇੰਗਲੈਂਡ, ਜਿੱਥੇ ਗੁਰੂ ਨੇ ਕਿਰਪਾ ਕੀਤੀ ਸਿੱਖ ਹੈ, ਸਿੱਖੀ ਹੈ, ਗੁਰੂ ਸ਼ਬਦ ਦਾ ਪ੍ਰਕਾਸ਼ ਹੈ, ਉੱਥੇ ਪ੍ਰਚਾਰਕ ਵੀ ਪਹੁੰਚੇ ਨੇ। ਇਹ ਗੁਰੂ ਦੀ ਕਿਰਪਾ ਹੈ, ਬਖਸ਼ਿਸ਼ ਹੈ। ਮੈਂ ਉੱਥੇ ਕਈਆਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਸੁਣਦੇ ਹੋ ਮੌਜੂਦਾ ਸਮੇਂ ਦਾ ਇਤਿਹਾਸ, ਇੱਥੋਂ ਤੱਕ ਆਉਂਦਿਆਂ ਪਹਿਲਾਂ ਜਾਣ ਲਓ 1947 ਦੀ ਆਜ਼ਾਦੀ ਤੁਹਾਡੀ ਬਰਬਾਦੀ ਕਿਵੇਂ ਬਣ ਕੇ ਆ ਗਈ, ਤੇ ਜਿਹੜਾ 15 ਅਗਸਤ ਵਾਲੇ ਦਿਨ ਤਿਰੰਗਾ ਚੁੱਕੀ ਫਿਰਦਾ ਸਿੱਖ ਹੋ ਕੇ ਉਹ ਸਿੱਖ ਨਹੀਂ। 15 ਅਗਸਤ ਵਾਲੇ ਦਿਨ ਜਿੱਦਣ ਆਜ਼ਾਦੀ ਦਾ ਇਹ ਦਿਨ ਮਨਾਇਆ ਜਾਂਦਾ ਹੈ, ਜੇ ਤੇ ਸਿੱਖ ਹੋ ਕੇ ਤਿਰੰਗੇ ਤੇ ਮਾਣ ਕਰਦਾ ਹੈ ਤੇ ਬੜਾ ਸਾਨੂੰ ਮਾਣ ਹੁੰਦਾ। ਮੁੱਖ ਮਹਿਮਾਨ ਕਈ ਵਾਰੀ ਬੁਲਾਇਆ ਜਾਂਦਾ ਹੈ ਕੋਈ, ਤੇ ਬੜੇ ਮਾਣ ਨਾਲ ਫਿਰ ਉਹ ਕਹਿੰਦੇ ਵੀ ਆਜ਼ਾਦੀ ਮਿਲੀ ਹੈ ਸਾਨੂੰ। ਆਜ਼ਾਦੀ ਕਿੰਨੇ ਲੋਕ ਕਤਲ, 10 ਲੱਖ ਬੰਦਾ ਕਤਲ ਹੋਇਆ ਇਹ ਆਜ਼ਾਦੀ ਤੋਂ ਪਹਿਲਾਂ, 10 ਲੱਖ ਬੰਦਾ, ਤੇ ਪੰਜਾਬ ਨੂੰ ਤੇ ਆਕੀ ਲੱਗ ਗਈ ਸਾਰੇ ਪਾਸੇ। ਇੱਕ ਘੱਲੂਘਾਰਾ ਨਹੀਂ, ਬਹੁਤ ਨੇ, ਅਸੀਂ ਕਹਿੰਦੇ ਤੀਜਾ ਜਾਂ ਮੈਂ ਤੇ ਚੌਥਾ ਮੰਨਦਾ ਇਹਨੂੰ, ਕਿਉਂਕਿ ਪਹਿਲਾ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਜਦੋਂ ਜ਼ਕਰੀਆ ਖਾਨ ਨੇ ਪਿੰਡਾਂ ਦੇ ਪਿੰਡ ਵਿਹਲੇ ਕਰ ਦਿੱਤੇ ਸੀ, ਉਹ ਵੀ ਘੱਲੂਘਾਰਾ ਹੀ ਹੈ। ਘੱਲੂਘਾਰੇ ਦਾ ਅਰਥ ਹੈ ਕਿਸੇ ਕੌਮ ਦਾ ਸਰਵ ਵਿਨਾਸ਼ ਕਰਨ ਦੀ ਸੋਚਣੀ। ਵਿਰੋਧੀ ਸੋਚ ਰਿਹਾ ਹੈ ਬਈ ਸਰਵ ਵਿਨਾਸ਼ ਕਰ ਦਿਓ ਇਸ ਕੌਮ ਦਾ। ਮੋਮਨ ਖਾਨ ਨੇ ਵੀ ਯਤਨ ਕੀਤਾ, ਮੀਰ ਮੰਨੂ ਨੇ ਵੀ ਯਤਨ ਕੀਤਾ ਹੈ, ਉਦੋਂ ਤੇ ਚੜ੍ਹਦੀ ਕਲਾ ਵਿੱਚ ਰਹਿਣਾ ਸੀ, ਮੀਰ ਮੰਨੂ ਵੇਲੇ ਤੇ ਚੜ੍ਹਦੀ ਕਲਾ ਸੀ, ਜੇਲ੍ਹਾਂ ਵਿੱਚ ਬੰਦ ਵੀ, ਤੇ ਫਿਰ ਇੱਥੋਂ ਤੱਕ ਕਿ ਸਾਡੀਆਂ ਸਿਦਕੀ ਮਾਵਾਂ ਨੇ ਵੀ ਸਵਾ ਸਵਾ ਮਣ ਦੇ ਪੀਸਣੇ ਪੀਸੇ, ਸ਼ੁਕਰਾਨੇ ਦੀ ਅਰਦਾਸ ਹੋਈ, ਤੇ ਅਰਦਾਸ ਕਰਦਿਆਂ ਹਜ਼ੂਰੀਆ ਕਿਹੜਾ ਗਲ 'ਚ ਪੁੱਤਰ ਦੇ ਟੁਕੜੇ ਟੁਕੜੇ ਕਰਕੇ ਜ਼ਾਲਮਾਂ ਨੇ ਰੱਸੀ 'ਚ ਪਰੋ ਕੇ ਤੇ ਉਹ ਮਾਂ ਦੇ ਗਲ 'ਚ ਪਾਇਆ ਹੋਇਆ, ਪੁੱਤਰਾਂ ਦੇ ਟੁਕੜਿਆਂ ਦੇ ਹਜ਼ੂਰੀਏ ਬਣਾ ਕੇ ਅਰਦਾਸਾਂ ਕਰਨ ਵਾਲੀਆਂ ਮਾਵਾਂ, ਕਿ ਦਿਨ ਇਹ ਅਕਾਲ ਪੁਰਖ ਕਲਗੀਧਰ ਪਾਤਸ਼ਾਹ ਤੇਰੀ ਸਿੱਖੀ ਕਮਾਉਂਦਿਆਂ ਭਾਣੇ 'ਚ ਲੰਘਿਆ, ਰਾਤ ਆਈਏ ਕਿਰਪਾ ਕਰ। ਤੇ ਰਾਤ ਵੀ ਇੱਦਾਂ ਦੀ ਲੰਘੀ, ਆਪ ਜੀ ਨੂੰ ਪਤਾ ਹੈ ਬੜਾ ਵੱਡਾ ਦੁਖਾਂਤ ਹੈ ਉਹ ਵੀ ਇਤਿਹਾਸ ਦਾ, ਪਰ ਉਦੋਂ ਪੜ੍ਹਿਆ ਅਸੀਂ ਮੰਨੂ ਸਾਡੀ ਦਾਤਰੀ, ਇੱਕ ਵਾਰੀ ਸਾਰੇ ਪੜ੍ਹੋ ਮੰਨੂ ਸਾਡੀ ਦਾਤਰੀ। ਅੱਜ ਵੀ ਮੰਨੂ ਮੁੱਕੇ ਨਹੀਂ, ਸਮੇਂ ਸਮੇਂ ਨਾਲ ਮੰਨੂ ਵੀ ਆਉਂਦੇ ਰਹੇ, ਤੇ ਫਿਰ ਇਹਨਾਂ ਮੰਨੂਆਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਵਾਸਤੇ ਸਾਡੀ ਕੌਮ ਦੇ ਸ਼ਹੀਦ ਵੀ ਸਮੇਂ ਸਮੇਂ ਨਾਲ ਆਉਂਦੇ ਰਹੇ ਤੇ ਆਉਂਦੇ ਰਹਿਣ। ਇੱਕ ਵਾਰੀ ਸਾਰੇ ਮਿਲ ਕੇ ਉਹ ਜੋ ਬਿਰਤਾਂਤ ਸੀ ਪਿਆਰਿਓ, ਸਮੇਂ ਦਾ ਦੁਖਾਂਤ ਸੀ ਆ, ਸਾਡੇ ਸਾਹਮਣੇ ਇਤਿਹਾਸ, ਉਹ ਤਸਵੀਰ ਸਾਫ਼ ਹੈ, ਅੱਜ ਵੀ ਸਾਡੇ ਕੰਨਾਂ 'ਚ ਗੂੰਜਦਾ ਹੈ। ਸਾਡੇ ਵੱਡਿਆਂ ਨੇ ਜਾਂ ਸਾਡੀਆਂ ਸਿਦਕੀ ਮਾਵਾਂ ਨੇ ਚੜ੍ਹਦੀ ਕਲਾ ਵਿੱਚ ਆ ਕੇ ਉੱਥੇ ਵੀ ਇਹ ਪੜਿਆ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੌਣੇ ਹੋਏ। ਉਦੋਂ ਤੇ ਕਹਿੰਦੇ ਸੀ ਦੂਣੇ ਚੌਣੇ ਹੋਏ, ਹੁਣ ਸਿੱਖ ਨੇ ਹਾਰ ਮੰਨ ਲਈ। ਉਦੋਂ ਹਾਰ ਨਹੀਂ ਮੰਨੀ ਜਦੋਂ ਸਾਨੂੰ ਆਪਣੇ ਘਰ ਬਾਰ ਛੱਡਣੇ ਪਏ, ਸਭ ਕੁਝ ਬਰਬਾਦ ਹੋ ਗਿਆ ਸੀ, ਭਾਵੇਂ ਉਦੋਂ ਚੜ੍ਹਦੀ ਕਲਾ ਵਿੱਚ ਰਹੇ ਹਾਂ ਪਿਆਰ, ਚੜ੍ਹਦੀ ਕਲਾ, ਕਿਉਂਕਿ ਸਾਡੇ ਸਾਹਮਣੇ ਦਸ਼ਮੇਸ਼ ਪਿਤਾ ਦੀਆਂ ਕੁਰਬਾਨੀਆਂ ਹੈ, ਸਾਡੇ ਸਾਹਮਣੇ ਉਹਨਾਂ ਯੋਧਿਆਂ ਦੀਆਂ ਕੁਰਬਾਨੀਆਂ, ਅਸੀਂ ਚੜ੍ਹਦੀ ਕਲਾ 'ਚ ਤੇ ਹੁਣ ਕਹਿੰਦੇ ਆਹ ਕੁਝ ਹੋ ਗਿਆ।
ਮੈਂ ਗੱਲ ਕਰਿਆ ਸੀ 1947 ਦੀ ਆਜ਼ਾਦੀ ਸਾਡੀ ਬਰਬਾਦੀ ਬਣ ਕੇ ਆ ਗਈ। 15 ਅਗਸਤ ਦਾ ਦਿਨ ਮਨਾਉਂਦੇ ਨੇ ਤੇ ਬੜਾ ਮਹਾਨ ਕਿਹਾ ਜਾਂਦਾ ਹੈ। ਮੇਰਾ ਨਜ਼ਰੀਆ ਕੀ ਹੈ, ਧਿਆਨ ਨਾਲ ਸੁਣੋ। ਅਜੇ ਭਾਰਤ ਦੇਸ਼ ਮਹਾਨ ਹੈ, ਹਰ ਪਾਸੇ ਭ੍ਰਿਸ਼ਟਾਚਾਰ, ਇੱਥੇ ਰਾਜ ਨੋਟ ਨਾਲ ਵੋਟ ਦਾ ਤੇ ਲੋਟੂ ਹੈ ਸਰਕਾਰ, ਇੱਥੇ ਅੰਨੀਆਂ ਹੋਈਆਂ ਅਦਾਲਤਾਂ, ਝੂਠਾ ਬਰੀ ਤੇ ਸੱਚ ਨੂੰ ਮਾਰ, ਇੱਥੇ ਕਾਤਲ ਪਾਉਣ ਵਜ਼ੀਰੀਆਂ ਹੁੰਦੇ ਦੰਗੇ ਸ਼ਰੇ ਬਾਜ਼ਾਰ, ਇੱਥੇ ਸਾਧਾਂ ਵਾਲੇ ਭੇਸ ਵਿੱਚ ਹੈ ਚੋਰਾਂ ਦੀ ਭਰਮਾਰ, ਇੱਥੇ ਪੂਜਾ ਬੇਈਮਾਨ ਦੀ ਤੇ ਧਰਮੀ ਨੂੰ ਤ੍ਰਿਕਾਰ, ਇੱਥੇ ਲਾਜ ਸ਼ਰਮ ਤੇ ਇੱਜ਼ਤਾਂ ਬਣ ਗਈਆਂ ਨੇ ਵਪਾਰ, ਸਾਗਰ ਛੱਡ ਕੇ ਸਿਫਤਾਂ ਕਰਨੀਆਂ ਇੱਕ ਅਨਾਰ ਤੇ 100 ਬਿਮਾਰ, ਅਜੇ ਭਾਰਤ ਦੇਸ਼ ਮਹਾਨ ਹੀ ਗਈ ਜਾਂਦੇ। ਕਦੇ ਸਮਾਂ ਸੀ ਸੱਜਣੋ, ਤੁਸੀਂ ਤੇ ਮਾਇਆ ਖਰਚ ਕਰ ਰਹੇ ਹੋ ਨਾ ਸਮਾਗਮ ਤੇ, ਵੀ ਸਤਿਗੁਰੂ ਕਿਰਪਾ ਕਰੇ ਵੀ ਕਿਸੇ ਨਾ ਕਿਸੇ ਇੱਕ ਦਾ ਵੀ ਜੀਵਨ ਬਦਲ ਗਿਆ, ਇੱਕ ਦੇ ਹਿਰਦੇ ਵਿੱਚ ਵੀ ਪ੍ਰਕਾਸ਼ ਹੋ ਗਿਆ। ਸਤਿਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਨਾ ਗੁਰੂ ਨਾਨਕ ਪਾਤਸ਼ਾਹ, ਸਤਿਗੁਰੂ ਗੁਰੂ ਰਾਮਦਾਸ ਜੀ ਦਾ, ਇੱਕ ਦੇ ਹਿਰਦੇ ਵਿੱਚ ਵੀ ਜਾਂ ਇੱਕ ਦੇ ਘਰ ਵਿੱਚ ਵੀ ਦੁਬਾਰਾ ਪੋਥੀ ਆ ਗਈ ਜਿਹੜੀ ਚਲੇ ਗਈ ਹੈ ਘਰ ਚੋਂ ਗੁਰਬਾਣੀ, ਇੱਕ ਵਾਰੀ ਵੀ ਉਹ ਦੁਬਾਰਾ ਮੁੜ ਕੇ ਆ ਗਈ ਨਾ ਪਿਆਰਿਓ, ਇੱਕ ਦੇ ਘਰ ਵਿੱਚ ਵੀ ਇਹ ਸਮਾਗਮ ਤੁਹਾਡਾ ਸਫਲ ਜੀ। ਮਾਇਆ ਖਰਚ ਕਰ ਰਹੇ ਹੋ ਨਾ, ਨਹੀਂ ਤੇ ਸਾਡੇ ਦੁਆਬੇ ਤੇ ਗੁਰਦੁਆਰਿਆਂ ਨੂੰ ਜਿੰਦੇ ਲੱਗ ਗਏ, 3-3 ਮੰਜ਼ਲੇ ਗੁਰਦੁਆਰੇ ਆ, ਇੱਥੋਂ ਤੱਕ ਕਿ ਕਈਆਂ ਨੇ ਇਟਾਲੀਅਨ ਪੱਥਰ, ਮਹਿੰਗਾ ਪੱਥਰ ਗੁਰਦੁਆਰਿਆਂ 'ਚ ਚਾਹੀਦਾ ਸੀ, ਕਹਿੰਦੇ ਵੀ ਚਲੋ ਮਹਾਰਾਜ ਦਾ ਘਰ ਹੈ, ਗੁਰੂ ਨਾਨਕ ਦਾ ਘਰ ਗੁਰਦੁਆਰਾ ਹੈ ਤੇ ਲਾਈਏ ਪੱਥਰ। ਪੱਥਰਾਂ 'ਤੇ ਪ੍ਰਚਾਰ ਨਹੀਂ ਸੀ ਨਾ ਕਰਨਾ, ਪੱਥਰ ਥੋੜ੍ਹੀ ਬੋਲਣਗੇ। ਅੱਜ 80% ਦੁਆਬੇ ਦੀਆਂ ਜਿਹੜੇ ਕਈ ਪਿੰਡ ਹੈ ਕੋਠੀਆਂ ਨੂੰ ਜਿੰਦੇ ਲੱਗੇ, ਤੇ ਜੇ ਅਸੀਂ ਉੱਥੇ ਬਾਹਰ ਚਲੇ ਗਏ, 4-4 ਪੀੜ੍ਹੀਆਂ ਹੋ ਗਈਆਂ, ਕਨੇਡਾ ਇੰਗਲੈਂਡ ਸਾਡੀਆਂ, ਅਸੀਂ ਨਹੀਂ ਆ ਰਹੇ, ਹੁਣ ਕੋਈ ਵਾਰਸ ਨਹੀਂ ਰਹਿ ਗਿਆ ਉਹਨਾਂ ਕੋਠੀਆਂ ਦਾ, ਜ਼ਮੀਨਾਂ ਜਾਇਦਾਦਾਂ ਦਾ, ਤੇ ਗੁਰਦੁਆਰਿਆਂ ਦਾ ਵਾਰਸ ਕੌਣ ਰਹਿਣਾ ਬਈ, ਤੇ ਕਰੋੜਾਂ ਰੁਪਇਆ ਪਿੰਡਾਂ ਦੇ ਗੁਰਦੁਆਰਿਆਂ ਦੀ ਗੱਲ ਕਰ ਰਿਹਾ ਮੈਂ, ਪਿੰਡਾਂ ਦੇ ਗੁਰਦੁਆਰਿਆਂ ਦਾ ਕਰੋੜਾਂ ਰੁਪਇਆ ਬੈਂਕ ਅਕਾਊਂਟਾਂ ਵਿੱਚ ਪਿਆ, ਕੋਈ ਪੁੱਛਣ ਵਾਲਾ ਨਹੀਂ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਸਾਰਾ ਹੀ ਪਤਾ, ਤੇ ਹੌਲੀ ਹੌਲੀ ਇਹ ਸਾਰਾ ਹੀ ਗਾਇਬ ਹੋ ਜਾਣਾ। ਕਦੇ ਸਮਾਂ ਸੀ ਅਬਦਾਲੀ ਦੇ ਹਮਲੇ ਹੁੰਦੇ ਸੀ ਆ, ਤੇ ਬਜ਼ੁਰਗ ਕਹਿੰਦੇ ਸੀ ਖਾਧਾ ਪੀਤਾ ਲਾਹ ਦਾ ਤੇ ਬਾਕੀ ਅਹਿਮਦ ਸ਼ਾਹ ਦਾ, ਤੇ ਮੈਂ ਕਿਹਾ ਹੁਣ ਕਿਹੜਾ ਬਦਲਿਆ ਹੈ, ਹੁਣ ਵੀ ਤੇ ਇੱਦਾਂ ਹੀ ਆ ਵੀ ਖਾਧਾ ਪੀਤਾ ਲਾਹ ਦਾ ਤੇ ਬਾਕੀ ਮੋਦੀ ਸ਼ਾਹ ਦਾ। ਪ੍ਰਧਾਨ ਮੰਤਰੀ ਮੋਦੀ ਦੀਆਂ ਜਿਹੋ ਜਿਹੀਆਂ ਨੀਤੀਆਂ, ਅਮਿਤ ਸ਼ਾਹ ਭਾਜਪਾ ਦਾ ਪ੍ਰਧਾਨ ਹੈ, ਇਹ ਸਾਰਾ ਲੈ ਜਾਣਗੇ ਹੌਲੀ ਹੌਲੀ। ਜੇ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਬੈਂਕ ਅਕਾਊਂਟ ਸਾਰਾ ਕੁਛ ਹੈ, ਪਤਾ ਨਹੀਂ ਲੱਗ ਰਿਹਾ ਤੁਹਾਨੂੰ ਤੁਹਾਡੇ ਅਕਾਊਂਟ ਵਿੱਚੋਂ ਕਿਵੇਂ ਟੈਕਸ ਜਾ ਰਿਹਾ, ਕਿਹਨੂੰ ਜਾ ਰਿਹਾ, ਗਊ ਸੈਸ ਜਾਂ ਦੂਜੇ ਤੀਜੇ ਪਾਸੇ, ਕੋਈ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਪਿਆਰ, ਇਹੋ ਜਿਹੀ ਨੀਤੀ ਹੈ ਇਹਨਾਂ ਦੀ, ਤੇ ਗੁਰਦੁਆਰਿਆਂ ਦਾ ਪੈਸਾ ਕਿੱਥੋਂ ਛੱਡਣਗੇ, ਤੁਸੀਂ ਪ੍ਰਚਾਰ ਵਾਸਤੇ ਖਰਚ ਰਹੇ ਹੋ। ਤੁਹਾਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ, ਵੱਧ ਤੋਂ ਵੱਧ ਸਮਾਗਮ ਰੱਖੀਏ ਇਲਾਕੇ 'ਚ, ਸੰਗਤ ਇਕੱਠੀ ਹੋ ਕੇ ਇਹ ਸਮਾਗਮ ਰਖਵਾਰੀ, ਗੁਰੂ ਕਿਰਪਾ ਕਰੇ ਇੱਕ ਵਾਰੀ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਜ਼ਿਕਰ ਕਰ ਰਿਹਾ ਸੀ ਪਿਆਰਿਓ, ਜਰਾਇਮ ਪੇਸ਼ਾ ਕਿਹਨੂੰ ਕਹਿੰਦੇ, ਮੈਂ ਕਈਆਂ ਨੂੰ ਪੁੱਛਿਆ, ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ, ਚੋਰ, ਡਾਕੂ, ਲਟੇਰੇ, ਧਾੜਵੀ, ਇਹ ਜਿੰਨੀ ਗਿਣਤੀ ਬਣਦੀ ਹੈ ਨਾ, ਸਭ ਤੋਂ ਮਾੜੇ ਲੋਕਾਂ ਦੀ, ਮਾੜੀ ਬਿਰਤੀ ਵਾਲੇ ਲੋਕ, ਇਹ ਜਰਾਇਮ ਪੇਸ਼ਾ। ਤੇ ਸਾਨੂੰ ਕਿਹਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ 93% ਕੁਰਬਾਨੀਆਂ, ਸਾਨੂੰ ਕਿਹਾ ਜਰਾਇਮ ਪੇਸ਼ਾ ਨੇ, ਤੇ ਜਿੱਥੋਂ ਸਾਨੂੰ ਜੀਵਨ ਮਿਲਦਾ ਹੈ ਉਸ ਗੁਰੂ ਰਾਮਦਾਸ ਜੀ ਦੇ ਘਰ ਨਾਲ ਮੱਥਾ ਲਾਇਆ, ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ, ਤੇ ਖਿਆਲ ਕਰੋ ਫਿਰ ਗੁਰੂ ਨੇ ਕਿਰਪਾ ਵੀ ਕੀਤੀ। ਮੈਂ ਜ਼ਿਕਰ ਕਰ ਰਿਹਾ ਸੀ, ਲੜਾਈ ਦੋ ਜਰਨੈਲਾਂ ਨੇ ਲੜੀ ਹੈ ਸੱਜਣੋ, ਇੱਕ ਤੇ ਸੰਤ ਜਰਨੈਲ ਸਿੰਘ ਤੇ ਦੂਸਰੇ ਜਨਰਲ ਸਿੰਘ। 1965 ਦੀ ਇਹ ਘਟਨਾ ਹੈ ਕਿ ਆਏ ਨਹੀਂ ਵਾਪਸ, ਉਡੀਕਦੇ ਰਹੇ ਘਰ ਵਾਲੇ, ਕੋਈ ਸੁਨੇਹਾ ਨਹੀਂ ਘੱਲਿਆ। 1971 ਵਿੱਚ ਮੁਕਤੀਵਾਨੀ ਫੌਜ ਖੜੀ ਕਰਕੇ 92,000 ਪਾਕਿਸਤਾਨੀ ਫੌਜੀਆਂ ਨੂੰ ਇਹ ਮਜਬੂਰ ਕਰ ਦੇਣਾ ਵੀ ਉਹ ਆਤਮ ਸਮਰਪਣ ਕਰ ਦੇਣ ਸਾਡੇ ਸਾਹਮਣੇ, ਉਹਨਾਂ ਨੇ ਸਾਰਿਆਂ ਗੋਡੇ ਟੇਕ ਦਿੱਤੇ, ਹਥਿਆਰ ਸੁੱਟ ਕੇ। ਇੱਕ ਦਿਮਾਗ ਜਨਰਲ ਸੁਵੇਕ ਸਿੰਘ ਦਾ ਹੀ ਹੈ ਜਿਹਨੇ ਪਾਕਿਸਤਾਨ ਦੇ ਉਹਨਾਂ ਫੌਜੀਆਂ ਨੂੰ ਜਿਹੜੇ 92,000 ਗਿਣਤੀ ਵਿੱਚ ਸੀ, ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣੇ ਹਥਿਆਰ ਸੁੱਟ ਕੇ ਗੋਡੇ ਟੇਕ ਕੇ ਜਨਰਲ ਸੁਵੇਕ ਸਿੰਘ ਦੇ ਅੱਗੇ ਆਤਮ ਸਮਰਪਣ ਕਰ ਰਹੇ ਨੇ। ਇਹ ਆਪ ਜੀ ਨੂੰ ਪਤਾ, ਸਾਰੀ ਇਹ ਜੰਗ ਪੜ੍ਹੀ 1971 ਦੀ ਤੁਸਾਂ ਨੇ। ਤੇ ਖਿਆਲ ਕਰੋ, CBI ਕੋਰਟ ਵਿੱਚ ਕੇਸ ਚੱਲਿਆ ਕਿਉਂਕਿ ਸਾਰੇ ਪਾਸੇ ਬੱਲੇ ਬੱਲੇ ਹੋ ਰਹੀ ਸੀ, ਇੱਕ ਨਿਗੁਣਾ ਜਿਹਾ ਦੋਸ਼ ਸਿਰ ਮੜਿਆ ਗਿਆ ਕਿਉਂਕਿ ਜਦੋਂ ਜਨਰਲ ਸੁਵੇਕ ਸਿੰਘ ਦੀ ਸਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ, ਇੰਦਰਾ ਨੂੰ ਅੱਗ ਲੱਗ ਗਈ ਵੀ ਇੱਕ ਸਿੱਖ ਚਿਹਰਾ ਪਛਾਣ ਬਣ ਗਿਆ ਪੂਰੇ ਵਰਲਡ ਵਿੱਚ, ਉਹ ਵੀ ਆਰਮੀ ਵਿੱਚ ਫੌਜ ਦੇ ਵਿੱਚ ਮੁੱਖ ਹੋ ਕੇ, ਇਹ ਤੋਂ ਪਹਿਲਾਂ ਕਿ ਇਹਨੂੰ ਉੱਚਾ ਅਹੁਦਾ ਮਿਲ ਜਾਏ ਆਰਮੀ ਦੇ ਵਿੱਚ, ਇਹਦੇ ਕੋਲ ਪਹਿਲਾਂ ਵੀ ਜਿਹੜਾ ਉਹਨੂੰ ਵੀ ਖੋਹ ਲਓ। ਕਹਿੰਦੇ ਇੱਕ ਨਿਲਾਮ ਹੋਈ ਗੱਡੀ ਜਾਊਗਾ,
ਇਹਤੇ ਜਿਹੜਾ ਦੋਸ਼ ਮੜਿਆ ਗਿਆ ਸੀ ਵੀ ਆਪਣੇ ਸਾਥੀ ਨੂੰ ਵੇਚੀ ਹੈ, ਜਾਂ ਹੋਰ ਦੋ ਤਿੰਨ ਦੋਸ਼ ਸਿਰ ਮੜੇਗਾ ਜਿਹੜੇ ਬਿਲਕੁਲ ਬੇਬੁਨਿਆਦ ਬਣਦੀ ਨਹੀਂ ਗੱਲ, ਜਿਹੜੀਆਂ ਸੋਚਾਂ ਇਹਨਾਂ ਨੇ ਸੋਚੀਆਂ। ਇੱਕ ਇਹ ਵੀ ਕਿਹਾ ਸੀ ਬਈ ਜੈ ਪ੍ਰਕਾਸ਼ ਨਰਾਇਣ ਇੰਦਰਾ ਦਾ ਕੱਟੜ ਵਿਰੋਧੀ ਸੀ, ਉਹਨੇ ਇੱਕ ਅੰਦੋਲਨ ਖੜਾ ਕੀਤਾ ਇੰਦਰਾ ਦੀ ਐਮਰਜੈਂਸੀ ਦੇ ਖਿਲਾਫ, ਜਾਂ ਉਸ ਤੋਂ ਪਹਿਲਾਂ ਦੀ ਗੱਲ। ਜੈ ਪ੍ਰਕਾਸ਼ ਨਰਾਇਣ ਲੀਡਰ ਹੋਇਆ, ਜਾਣਦੇ ਹੋਣਗੇ ਜਿਹੜੇ ਸਿਆਸੀ ਬੰਦੇ ਨੇ। ਕਹਿੰਦੇ ਇਹਦੇ ਅੰਦੋਲਨ ਨੂੰ ਦਬਾਉਣ ਵਾਸਤੇ ਇੰਦਰਾ ਨੇ ਜਨਰਲ ਸਵੇਖ ਸਿੰਘ ਨੂੰ ਬੁਲਾਇਆ, ਤੇ ਜਨਰਲ ਸਵੇਖ ਸਿੰਘ ਨੇ ਇੰਦਰਾ ਨੂੰ ਮੂੰਹ ਤੇ ਕਹਿਤਾ ਸੀ ਬਈ ਇਹ ਕੰਮ ਫੌਜ ਦਾ ਨਹੀਂ। ਨੋਟ ਕਰੋ ਗੱਲ, ਕਹਿੰਦੇ ਫੌਜ ਨੇ ਤੇ ਦੇਸ਼ ਦੀ ਰਾਖੀ ਕਰਨੀ ਹੈ, ਬਾਰਡਰਾਂ ਤੇ ਰਾਖੀ ਕਰੇਗੀ ਫੌਜ, ਤੇ ਇਹ ਇਹ ਤੁਹਾਡੀ ਸਿਆਸੀ ਲੜਾਈ ਦੇ ਵਿੱਚ ਫੌਜ ਥੋੜੀ ਪੈਗੀ। ਬਈ ਅੱਜ ਕੋਈ ਪਾਰਟੀ ਸਿਆਸੀ ਪਾਰਟੀ ਫੌਜ ਨੂੰ ਵਰਤੇ ਇਹ ਤੇ ਗੱਲ ਨਹੀਂ ਨਾ ਬਣਦੀ। ਫੌਜ ਦੀ ਜਿਹੜੀ ਜ਼ਿੰਮੇਵਾਰੀ ਹੈ ਦੇਸ਼ ਦੀ ਆਬਰੂ ਵਾਸਤੇ ਜ਼ਿੰਮੇਵਾਰੀ ਹੈ ਨਾ ਪਿਆਰੋ। ਤੇ ਕਹਿੰਦੇ ਜੈ ਪ੍ਰਕਾਸ਼ ਦੇ ਅੰਦੋਲਨ ਨੂੰ ਦਬਾਉਣ ਵਾਸਤੇ ਇੰਦਰਾ ਨੇ ਜਨਰਲ ਸਵੇਖ ਸਿੰਘ ਨੂੰ ਕਿਹਾ ਸੀ, ਤੇ ਜਨਰਲ ਸਵੇਖ ਸਿੰਘ ਕਹਿੰਦਾ ਵੀ ਨਹੀਂ, ਬਿਲਕੁਲ ਜਵਾਬ ਦੇ ਦਿੱਤਾ। ਅੱਗ ਲੱਗੀ ਹੋਈ ਹੈ ਇੰਦਰਾ ਨੂੰ ਵੀ ਮੈਨੂੰ ਜਵਾਬ ਦਿੱਤਾ, ਮੈਂ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ। ਤੇ ਕਹਿੰਦੇ ਉਸ ਵੇਲੇ ਤੋਂ ਚਾਲਾਂ ਚੱਲੀਆਂ, ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਨਰਲ ਸਵੇਖ ਸਿੰਘ ਨੂੰ, ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਅਹੁਦੇ ਤੋਂ ਬਰਖਾਸਤ ਕਰਕੇ ਘਰ ਨੂੰ ਤੋੜ ਦਿੱਤਾ, ਤੇ ਇੱਥੋਂ ਤੱਕ ਕਿ CBI ਕੋਰਟ ਵਿੱਚ ਕੇਸ ਚਲਾਇਆ ਖਿਲਾਫ ਇਹਦੇ, 5 ਸਾਲ ਚੱਲਦਾ ਰਿਹਾ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਦੋਵਾਂ ਜੀਆਂ ਨੇ ਅਰਦਾਸ ਕੀਤੀ ਹਜ਼ੂਰ ਸਾਹਿਬ ਜਾ ਕੇ, ਸਵੇਖ ਸਿੰਘ ਨੇ ਤੇ ਉਹਦੀ ਘਰਵਾਲੀ ਨੇ। 5 ਸਾਲ ਬਾਅਦ ਜਿਹੜਾ ਕੇਸ ਚੱਲ ਰਿਹਾ ਸੀ CBI ਕੋਰਟ ਵਿੱਚ, ਉਹਦੇ ਵਿੱਚੋਂ ਬਾਇੱਜ਼ਤ ਬਰੀ ਹੋ ਗਏ, ਹੱਕ ਵਿੱਚ ਆਇਆ। ਤੇ ਅੱਜ ਸਤਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਦੇਹਰਾਦੂਨ ਇੱਕ ਰਹਿਸ਼ੀ ਘਰ ਮਿਲਿਆ ਹੋਇਆ, ਇਹ ਦੋਵੇਂ ਜੀਆਂ ਨੇ ਜਾਣਾ, ਤਿਆਰੀ ਕੀਤੀ ਹੋਈ ਹੈ ਸੱਚਖੰਡ ਹਜ਼ੂਰ ਸਾਹਿਬ ਜਾਣ ਦੀ। ਦਰਵਾਜ਼ਾ ਖੜਕਿਆ, ਸ਼ਾਮ ਦਾ ਵਕਤ ਸੀ, ਦਰਵਾਜ਼ਾ ਖੋਲਿਆ ਜਨਰਲ ਸਵੇਖ ਸਿੰਘ ਦੀ ਧਰਮਸ ਪਤਨੀ ਨੇ। ਦੋ ਸਿੰਘ ਟਕਸਾਲੀ ਬਾਣੀ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਭੇਜੇ ਹੋਏ ਹੈ, ਬਈ ਜਾਓ ਸੱਦ ਕੇ ਲਿਆਓ ਸਵੇਖ ਸਿੰਘ ਹੋਣਾਂ ਨੂੰ, ਹੁਣ ਲੋੜ ਹੈ, ਸਾਨੂੰ ਪਤਾ ਲੱਗ ਗਿਆ ਇੰਦਰਾ ਦੇ ਮਨਸੂਬੇ ਬਹੁਤੇ ਚੰਗੇ ਨਹੀਂ, ਤੇ ਸਾਨੂੰ ਇੱਕ ਐਸੇ ਦਿਮਾਗ ਦੀ ਲੋੜ ਹੈ ਬਈ ਉਹ ਇਤਿਹਾਸ ਦੁਬਾਰਾ ਸਿਰਜਿਆ ਜਾਏ ਜਿਹੜਾ ਚਮਕੌਰ ਦੀ ਗੜੀ ਸਿਰਜਿਆ ਦਸ਼ਮੇਸ਼ ਪਿਤਾ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਕਹਿੰਦੇ ਦੋ ਸਿੰਘ ਭੇਜੇ, ਇਹਨਾਂ ਨੇ ਦਰਵਾਜ਼ਾ ਖੜਕਾਇਆ, ਜਨਰਲ ਸਵੇਖ ਸਿੰਘ ਦੀ ਧਰਮ ਪਤਨੀ ਨੇ ਦਰਵਾਜ਼ਾ ਖੋਲਿਆ, ਦੋ ਸਿੰਘ ਵੇਖੇ ਫਤਿਹ ਬੁਲਾਈ, ਕਿਵੇਂ ਆਉਣਾ ਹੋਇਆ ਜਨਰਲ ਸਵੇਖ ਸਿੰਘ ਨੂੰ ਸਾਰੀ ਕਹਾਣੀ ਖੋਲ ਕੇ ਦੱਸੀ ਹੈ। ਉਸੇ ਵੇਲੇ ਆਪਣਾ ਪ੍ਰੋਗਰਾਮ ਬਦਲ ਲਿਆ, ਭੁੱਲ ਬਖਸ਼ਾ ਕੇ ਦਸ਼ਮੇਸ਼ ਪਿਤਾ ਕੋਲੋਂ ਕਿ ਸਤਿਗੁਰੂ ਜੀ ਹੁਣ ਸਮਾਂ ਨਹੀਂ ਕਿ ਮੈਂ ਹਜ਼ੂਰ ਸਾਹਿਬ ਆ ਸਕਾਂ, ਮੈਂ ਜਾ ਰਿਹਾ ਹਾਂ ਕਿੱਥੇ, ਮੀਰੀ ਪੀਰੀ ਦੇ ਬਾਲਕ ਤੁਹਾਡੇ ਦਾਦਾ ਜੀ ਕਲਗੀਧਰ ਪਾਤਸ਼ਾਹ ਦੇ ਦਾਦਾ ਜੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਨੇ ਅਕਾਲ ਤਖ਼ਤ ਦਿੱਤਾ ਸਭ ਤੋਂ ਪਹਿਲਾਂ ਤਖ਼ਤ, ਤੇ ਉਸ ਅਕਾਲ ਤਖ਼ਤ ਸਾਹਿਬ ਤੋਂ ਸੁਨੇਹਾ ਆਇਆ ਹੈ ਕਾਮ ਦੇ ਉਸ ਮਹਾਨ ਜਾਂਬਾਜ਼ ਯੋਧੇ ਦਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ, ਤੇ ਮੈਂ ਉਹਨੂੰ ਨਿਭਾਉਣ ਪਗਾਉਣ ਵਾਸਤੇ ਜਾ ਰਿਹਾ ਹਾਂ। ਮੰਜ਼ਲਾਂ ਮਾਰਦਾ ਹੋਇਆ ਗੁਰਮੁਖ ਪਿਆਰਾ ਜਨਰਲ ਸਵੇਖ ਸਿੰਘ ਪਹਿਲਾਂ ਆ ਕੇ ਖਿਆਲੇ ਪਿੰਡ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਗਿਆ, ਹਰਿਮੰਦਰ ਸਾਹਿਬ ਮੱਥਾ ਟੇਕਿਆ, ਆਖਰ ਮਿਲਾਪ ਹੋਇਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ। ਤੇ ਕਹਿੰਦੇ ਇੱਕ ਆਉਣ ਵਾਲੇ ਸਮੇਂ ਦੀ ਤਸਵੀਰ ਅੱਖਾਂ ਸਾਹਮਣੇ ਲਿਆਂਦੀ ਜਦੋਂ ਸੰਤਾਂ ਨੇ, ਤੇ ਸਾਰੀ ਜ਼ਿੰਮੇਵਾਰੀ ਜਿਹੜੀ ਜਨਰਲ ਸਵੇਖ ਸਿੰਘ ਦੇ ਸਿਰ ਸੁੱਟ ਦਿੱਤੀ ਹੈ ਮੋਰਚਾਬੰਦੀ ਦੀ, ਤੇ ਕਿਵੇਂ ਉਹ ਮੋਰਚਾਬੰਦੀ ਦੀ ਜਿਹੜੀ ਰਣਨੀਤੀ ਤਿਆਰ ਕਰ ਰਿਹਾ ਹੈ ਜਨਰਲ ਸਵੇਖ ਸਿੰਘ, ਇਸ ਸਾਰੀ ਕਹਾਣੀ ਨੂੰ ਢਾਡੀ ਜੱਥਾ ਹੈ। ਲੱਗੇ ਕੌਮ ਲਈ ਫਰਜ਼ ਨਿਭਾਉਣ, ਲੱਗੇ ਕੌਮ
ਸਿਧਾਂਤ ਪੱਲੇ ਬੰਨ ਕੇ ਮੇਰੀ ਪੀਰੀ ਦਾ ਸਿਧਾਂਤ ਪੱਲੇ ਹੈ ਬੰਨ ਕੇ ਮੇਰੀ ਪੀਰੀ ਦਾ ਸਿਧਾਂਤ ਪੱਲੇ ਬੰਨ ਕੇ ਰਹਿੰਦੀ ਜ਼ਿੰਦਗੀ ਤਾਰਾ ਮਹਲੇ ਖੇਲਾਉਣ ਰਹਿੰਦੀ ਜ਼ਿੰਦਗੀ ਤਾਰਾ ਮਹਲੇ ਖੇਲਾਉਣ ਜੁਝਾਰੂ ਜੋ ਦੇ ਹੈ ਖੜਕੂ ਇਕੱਠੇ ਕਰਕੇ ਜੁਝਾਰੂ ਜੋ ਦੇ ਹੈ ਖੜਕੂ ਲੱਗੇ ਜੋਤ ਵਾਲੇ ਭੇਦ ਸਮਝਾਉਣ ਲੱਗੇ ਜੋਤ ਵਾਲੇ ਭੇਦ ਸਮਝਾਉਣ ਲੱਗੇ ਜੋਤ ਵਾਲੇ ਭੇਦ ਸਮਝਾਉਣ ਕਿਵੇਂ ਲੜੀ ਦੀ ਹਾਂ ਕਿਵੇਂ ਲੜੀ ਦੀ ਲੜਾਈ ਨਾਲ ਫੌਜ ਦੇ ਕਿਵੇਂ ਲੜੀ ਦੀ ਲੜਾਈ ਨਾਲ ਫੌਜ ਦੇ ਲੱਗੇ ਲੁਕਵੇਂ ਤਜਰਬੇ ਪਤੇ ਲਾਉਣ ਲੱਗੇ ਲੁਕਵੇਂ ਤਜਰਬੇ ਪਤੇ ਲਾਉਣ ਲੱਗੇ ਲੁਕਵੇਂ ਤਜਰਬੇ ਪਤੇ ਲਾਉਣ ਲੈ ਕੇ ਸਿੱਖਾਂ ਨੂੰ ਨਾਲ ਹੱਥੀ ਆਪਣੇ ਮੋਹਰ ਜੇ ਲਾਗੇ ਪੈ ਬਣਾਉਣ ਥਾਂ ਮੋਹਰ ਜੇ ਲਾਗੇ ਪੈ ਬਣਾਉਣ ਭੁੱਖ ਕਰਕੇ ਨਵੀਨ ਹਥਿਆਰਾਂ ਦੀ ਭੁੱਖ ਕਰਕੇ ਨਵੀਨ ਹਥਿਆਰਾਂ ਦੀ ਯੋਗ ਹੱਥਾਂ ਵਿੱਚ ਲੱਗੇ ਯੋਗ ਹੱਥਾਂ ਵਿੱਚ ਲੱਗੇ ਨੇ ਪੜਾਉਣ ਯੋਗ ਹੱਥਾਂ ਵਿੱਚ ਲੱਗੇ ਨੇ ਪੜਾਉਣ ਸੰਭਾਲੋ ਸਿੰਘੋ ਮੋਰਚੇ ਆਪ ਲੱਗੇ ਨੇ ਡਿਊਟੀਆਂ ਲਗਾਉਣ ਨੌਜਵਾਨੋ ਕੀ ਸ਼ਹਾਦਤ ਕੌਮ ਕੀ ਤਕਦੀਰ ਹੋਤੀ ਹੈ ਮੁਹੱਬਤ ਵਤਨ ਕੀ ਮੂੰਹ ਬੋਲਦੀ ਤਸਵੀਰ ਹੋਤੀ ਹੈ ਕਿਆ ਪਾਏਗਾ ਸੁਖ ਚੈਨ ਜੋ ਦੁੱਖ ਸਹਿ ਨਹੀਂ ਸਕਦਾ ਜਿਸੇ ਮਰਨਾ ਨਹੀਂ ਆਤਾ ਜਿਸੇ ਮਰਨਾ ਨਹੀਂ ਆਤਾ ਉਹ ਜ਼ਿੰਦਾ ਰਹਿ ਨਹੀਂ ਸਕਦਾ ਜਿਸੇ ਮਰਨਾ ਨਹੀਂ ਆਤਾ ਪੁੱਛਦਾ ਰਹਿ ਨਹੀਂ ਸਕਦਾ ਆਉਣਾ ਉਹਨਾਂ ਦਾ ਜੱਗ ਵਿੱਚ ਸਫਲ ਹੁੰਦਾ ਦੇਸ਼ ਕੌਮ ਦੇ ਕੰਮ ਜੋ ਆ ਜਾਂਦੇ ਮਰਦੇ ਨਹੀਂ ਉਹ ਜੱਗ ਦੇ ਅਮਰ ਰਹਿੰਦੇ ਮਰ ਕੇ ਜਿਉਣ ਦਾ ਢੰਗ ਸਿਖਾ ਜਾਂਦੇ ਆਉਂਦੀ ਵਾ ਕੰਮ ਤੇ ਅਣਖਦਾ ਰਹੇ ਜਗਦਾ ਜਗਾ ਤੇਲ ਦੀ ਖੂਨ ਹਨ ਪਾ ਜਾਂਦੇ ਕਦੇ ਕਿਸੇ ਤਫਾਨ ਤੋਂ
ਸਜਦੀ ਨਾ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ ਹੈ ਆਪ ਲੱਗੇ ਨੇ ਡਿਊਟੀਆਂ ਲਾਉਣ ਆਪ ਲੱਗੇ ਨੇ ਡਿਊਟੀਆਂ ਲਾਉਣ ਆਪ ਲੱਗੇ ਨੇ ਡਿਊਟੀਆਂ ਲਾਉਣ ਸਾਰੀ ਰਣਨੀਤੀ ਜਨਰਲ ਸਵੇਕ ਸਿੰਘ ਦੀ ਤਿਆਰ ਕੀਤੀ ਹੋਈ ਹੈ। ਇਹ ਜਿਹੜੇ ਮੋਰਚੇ ਬਣਾਏ ਗਏ ਸਿੰਘਾਂ ਦੇ ਤੇ ਸਿੰਘਾਂ ਦੇ ਵੱਲ ਵੇਖਿਆ ਗਿਆ ਜਿਹੜੇ ਯੋਗ ਹੱਥ ਹੈ ਉਹਨਾਂ ਹੱਥਾਂ ਦੇ ਵਿੱਚ ਉਹ ਜਿਹੜੇ ਸਮੇਂ ਦੇ ਹਥਿਆਰ ਸੀ ਦਿੱਤੇ ਗਏ ਨਾਲੇ ਇਹ ਸਮਝਾਇਆ ਗਿਆ ਕਿ ਵਾਰ ਪਹਿਲਾਂ ਨਹੀਂ ਕਰਨਾ ਸਿੱਖ ਦਾ ਕਰਮ ਹੈ ਨਾਲੇ ਸਿੱਖ ਤੇ ਹੱਲੇ ਰੋਕਦਾ ਹੈ ਕਦੇ ਸਿੱਖ ਹੱਲਾ ਕਰਦਾ ਨਹੀਂ ਹੱਲੇ ਨੂੰ ਰੋਕਣਾ ਹੈ ਇਹ ਚੜ੍ਹਾਈ ਕਰਕੇ ਆਏ ਨੇ ਤੇ ਉਹ ਇਤਿਹਾਸ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਸਿਰਜਿਆ ਚਮਕੌਰ ਦੀ ਗੜੀ ਵਾਲਾ ਯਾਦ ਕਰਨਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਜਿੱਥੇ ਕੁੱਲ ਗਿਣਤੀ 40 ਸ਼ਹੀਦ ਹੋਏ ਤੇ ਅੱਜ ਦੁਸ਼ਮਣ ਸੋਚਦਾ ਪਿਆ ਜਿਵੇਂ ਉਸ ਵੇਲੇ ਵਜ਼ੀਰ ਖਾਨ ਨੇ ਸੋਚਿਆ ਸੀ ਬਈ ਅਸੀਂ 10 ਲੱਖ ਗਿਣਤੀ ਚ ਉਹਦੀ ਚਿੱਠੀ ਗਈ ਸੀ ਨਾ ਵਜ਼ੀਰ ਖਾਨ ਦੀ ਜਿਸ ਚਿੱਠੀ ਦਾ ਜ਼ਿਕਰ ਜ਼ਫਰਨਾਮੇ ਚ ਦਸ਼ਮੇਸ਼ ਪਿਤਾ ਨੇ ਕੀਤਾ ਕਈ ਕਹਿੰਦੇ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਲਿਖਤਾ ਗੁਰਸਨੇਹ ਚਿਕਾਰੇ ਕੁਨਦ ਚਿਹਲ ਨਰ ਕੈ ਦਇ ਲੱਖ ਬਰਿਆਇਦ ਬਰੋ ਬੇਖਬਰ ਫਾਰਸੀ ਚ ਲਿਖ ਦਿੱਤਾ ਕਿ ਇੱਕ ਪਾਸੇ 10 ਲੱਖ ਦੂਸਰੇ ਪਾਸੇ 40 ਕੀ ਗੁਰੂ ਸਾਡੇ ਤਰਕਵਾਦੀ ਜਿਹੜੇ ਉਹ ਕਹਿੰਦੇ ਕੀ ਗੁਰੂ ਗਿਣਤੀ ਕਰਨ ਗਿਆ ਸੀ ਬਾਹਰ ਜਿਹਨੇ ਇਹ ਗਿਣਤੀ ਦੱਸ ਦਿੱਤੀ ਵੀ 10 ਲੱਖ ਸੀ ਗਿਣਤੀ ਉਹਨਾਂ ਦੀ ਚਿੱਠੀ ਵਿੱਚ ਲਿਖੀ ਹੋਈ ਹੈ ਉਹਨਾਂ ਦੀ ਆਪਣੀ ਜਿਹੜੀ ਚਿੱਠੀ ਵਜ਼ੀਰ ਖਾਨ ਨੇ ਭੇਜੀ ਹੈ ਬਈ ਅਸੀਂ 10 ਲੱਖ ਵਿੱਚ ਹੈ ਗੋਬਿੰਦ ਸਿੰਘ ਗਿਣਤੀ 'ਚ ਤੇ ਤੇਰੇ ਨਾਲ ਕੁਝ ਗਿਣਤੀ 'ਚ ਸਿੰਘ ਹੈ ਪਤਾ ਲੱਗਾ ਉਹ ਵੀ ਭੁੱਖਣ ਪਾਣੇ ਫੱਟੜ ਕਿੰਨੀ ਕੁ ਦੇਰ ਤੱਕ ਸਾਡੇ ਨਾਲ ਤੂੰ ਲੜੇਗਾ ਤੂੰ ਗੋਡੇ ਟੇਕ ਆਤਮ ਸਮਰਪਣ ਕਰਦੇ ਤੂੰ ਪੰਥ ਨੂੰ ਤੋੜਨ ਦਾ ਐਲਾਨ ਕਰਦੇ ਅਸੀਂ ਤੇਰੇ ਤੇ ਹਮਲਾ ਨਹੀਂ ਕਰਾਂਗੇ ਚਿੱਠੀ ਉਹਨਾਂ ਦੀ ਜਿਹੜੀ ਆਈ ਉਹਦੇ ਵਿੱਚ ਲਿਖਿਆ ਹੋਇਆ ਸੀ ਡਰਾਉਣ ਵਾਸਤੇ ਕਿ ਅਸੀਂ 10 ਲੱਖ ਗਿਣਤੀ 'ਚ ਉਹ ਝੂਠ ਬੋਲ ਰਹੇ ਹੁਣ ਭਾਵੇਂ ਉਹਨਾਂ ਦੀ ਚਿੱਠੀ ਦਾ ਜ਼ਿਕਰ ਜ਼ਫਰਨਾਮੇ ਵਿੱਚ ਲਿਖਿਆ ਕਿ ਤੇਰੇ ਜਰਨੈਲਾਂ ਨੇ ਕਿਹਾ ਸੀ ਕਿ ਅਸੀਂ 10 ਲੱਖ ਹਾਂ ਗੁਸਨੇ ਚਿਕਾਰੇ ਕੁਨਦ ਚਿਹਲ ਨਰ ਕੈ ਦਹਿ ਲੱਖ ਬਰਿਆਇਦ ਬਰੋ ਬੇਖਬਰ ਤੇਰੇ ਜਰਨੈਲਾਂ ਨੇ ਵਜ਼ੀਰ ਖਾਂ ਵਰਗਿਆ ਔਰੰਗਜ਼ੇਬ ਨੂੰ ਚਿੱਠੀ ਲਿਖੀ ਜ਼ਫਰਨਾਮਾ ਫਤਿਹ ਦੀ ਅੱਜ ਫਿਰ ਇੱਕ ਵਾਰੀ ਦੁਬਾਰਾ ਇਤਿਹਾਸ ਸਿਰਜਣਾ ਹੈ ਕਿੱਥੇ ਆ ਜਿੱਥੇ ਹਮਲਾ ਹੋਇਆ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ 1 ਜੂਨ ਨੂੰ ਗੋਲੀ ਚੱਲੀ 12 ਵਜੇ ਦੁਪਹਿਰ ਤੁਹਾਨੂੰ ਪਤਾ ਹੈ 8 ਵਜੇ ਤੱਕ ਚੱਲਦੀ ਰਹੀ ਕਮਾਲ ਦੀ ਗੱਲ ਹੈ ਸਿਦਕ ਵੇਖੋ ਸਬਰ ਵੇਖੋ ਇਹ ਸਿਖਾਏ ਹੋਏ ਸੀ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੜ੍ਹਾਏ ਹੈ ਉੱਥੇ ਜਨਰਲ ਸਵੇਕ ਸਿੰਘ ਦੇ ਸਿਖਾਏ ਹੈ ਦੇਖਿਓ ਕਿਤੇ ਜਵਾਬ ਨਾ ਦਿਓ ਕਿਉਂਕਿ ਜਿਹੜੇ ਉੱਧਰ ਜਰਨੈਲ ਆ ਉਹਨਾਂ ਨੂੰ ਜਾਣਦੇ ਆ ਜਨਰਲ ਸਵੇਕ ਸਿੰਘ ਆਪ ਆਰਮੀ 'ਚ ਫੌਜ 'ਚ ਰਹੇ ਕਹਿੰਦੇ ਇਹਨਾਂ ਨੇ ਤੁਹਾਡੇ ਹਥਿਆਰਾਂ ਦੀ ਸ਼ਨਾਖਤ ਕਰਨੀ ਪੜਤਾਲ ਕਰਨਗੇ ਤੁਹਾਡੇ ਮੋਰਚਿਆਂ ਦੀ ਵੇਖਣਗੇ ਕਿੱਧਰੋਂ ਗੋਲੀ ਆ ਰਹੀ ਹੈ ਤੇ ਕਿਹੜੇ ਹਥਿਆਰ ਦੀ ਗੋਲੀ ਆ ਰਹੀ ਹੈ ਇਸ ਕਰਕੇ ਤੁਸਾਂ ਜਵਾਬ ਕੋਈ ਵੀ ਨਹੀਂ ਦੇਣਾ ਹੁਣ 12 ਵਜੇ ਗੋਲੀ ਚੱਲੀ 8 ਵਜੇ ਤੱਕ ਜਾਂ 8:30 ਵਜੇ ਤੱਕ ਚੱਲਦੀ ਰਹੀ ਹੈ 12 ਤੋਂ ਵੱਧ ਸ਼ਰਧਾਲੂ ਪ੍ਰਕਰਮਾਂ 'ਚ ਸ਼ਹੀਦ ਹੋਏ ਕਈਆਂ ਨੇ ਅੱਧੀ ਦਰਜਨ ਕਿਹਾ ਪਰ ਅੱਧੀ ਦਰਜਨ ਤੋਂ ਵੱਧ ਕੁੱਲ ਗਿਣਤੀ ਦਰਜਨ ਕਹਿ ਲਈਏ ਜਥੇਦਾਰ ਮਹਿੰਗਾ ਸਿੰਘ ਬੱਬਰ ਵੀ ਇਸ ਦਿਨ ਸ਼ਹੀਦ ਹੋਇਆ ਮੇਰੇ ਨਾਲੋਂ ਜ਼ਿਆਦਾ ਤੁਸੀਂ ਮੌਕੇ ਦੇ ਮੌਜੂਦਾ ਕਈ ਗਵਾਹ ਵੀ ਹੈਗੇ ਸਮੇਂ ਦੇ ਸੰਘਰਸ਼ ਵਿੱਚ ਹਿੱਸਾ ਪਾਉਣ ਵਾਲੇ ਜਥੇਦਾਰ ਸਾਹਿਬ ਬੈਠੇ ਨੇ ਸਟੇਜ 'ਤੇ ਗੁਰਦਿਆਲ ਸਿੰਘ ਜੀ ਧਰਮੀ ਫੌਜੀ ਇੱਕ ਗੱਲ ਕਦੇ ਨਾ ਭੁੱਲਿਓ ਮੈਂ ਹਿਸਟਰੀ ਲਿਖ ਰਿਹਾ ਹਾਂ ਧਰਮੀ ਫੌਜੀਆਂ ਦੀ ਮੈਨੂੰ ਕੈਨੇਡਾ ਵਿੱਚ ਜ਼ਿੰਮੇਵਾਰੀ ਲਾਈ ਸੀ ਧਰਮੀ ਫੌਜੀ ਨੇ ਕਹਿੰਦੇ ਸੀ ਤੁਸੀਂ ਬਾਕੀ ਤੇ ਯੋਧਿਆਂ ਦਾ ਇਤਿਹਾਸ ਬੋਲਦੇ ਹੋ ਤੇ ਏਡੀਆਂ ਵੱਡੀਆਂ ਪਦਵੀਆਂ ਛੱਡ ਕੇ ਆ ਗਏ ਸਭ ਕੁਝ ਛੱਡ ਕੇ ਆ ਗਿਆ ਵੇਖਿਆ ਨਹੀਂ ਜੇ ਧਰਮੀ ਫੌਜੀ ਬਗਾਵਤ ਨਾ ਕਰਦੇ ਤੇ ਮੇਰੇ ਖਿਆਲ ਦੇ ਵਿੱਚ ਇੰਦਰਾ ਦੇ ਜਿਹੜੇ ਮਨਸੂਬੇ ਸੀ ਕੋਈ ਵੀ ਸਿੱਖ ਜਿਉਂਦਾ ਨਹੀਂ ਸੀ ਛੱਡਣਾ ਇੱਕੋ ਵੇਲੇ ਜੇ 37 ਗੁਰਦੁਆਰਿਆਂ ਤੇ ਅਟੈਕ ਹੋ ਸਕਦਾ ਹੈ
ਕਈ ਕਹਿੰਦੇ ਜੀ ਭਿੰਡਰਾਂ ਵਾਲਾ ਇੱਥੇ ਕਿਉਂ ਜੀ ਹਰਿਮੰਦਰ ਸਾਹਿਬ ਚ ਬੇਅਦਬੀ ਜਾਂ ਅਕਾਲ ਤਖਤ ਸਾਹਿਬ, ਇਸੇ ਕਰਕੇ ਆਹ ਸਭ ਕੁਝ ਹੋ ਗਿਆ, ਸੰਤ ਇੱਥੇ ਕਿਉਂ ਆ ਗਏ, ਹੋਰ ਕਿਤੇ ਲੜਾਈ ਲੜਦੇ? ਮੈਨੂੰ ਦੱਸੋ ਭਿੰਡਰਾਂ ਵਾਲਾ ਇੱਕੋ ਹੀ ਸੀ ਕਿ 37-38 ਸੀ? ਮੈਂ ਸਵਾਲ ਕਰਦਾ ਉਹਨਾਂ ਲੋਕਾਂ ਨੂੰ ਵੀ ਇੱਕੋ ਹੀ ਸੀ ਕਿ 37-38 ਸੀ? ਭਿੰਡਰਾਂ ਵਾਲੇ ਇੱਕੋ ਹੀ ਸੀ ਨਾ? ਤੇ ਨਾਲੇ ਗ੍ਰਹਿ ਮੰਤਰੀ ਸੇਠੀ ਦੀ ਰਿਪੋਰਟ ਵਿੱਚ ਉਹਨਾਂ 40 ਵਿੱਚ ਜਿਨ੍ਹਾਂ ਦਾ ਨਾਂ ਦਿੱਤਾ ਗਿਆ ਸਰਕਾਰ ਨੂੰ, ਬਈ ਇੰਨੇ ਆਹ 40 ਗਿਣਤੀ ਵਿੱਚ ਅੱਤਵਾਦੀ ਲੁਕੇ ਹੋਏ ਨੇ, ਉਹਨਾਂ 40 ਚ ਕਿਤੇ ਵੀ ਸੰਤ ਜਰਨੈਲ ਸਿੰਘ ਦਾ ਨਾਂ ਨਹੀਂ। ਤੁਹਾਨੂੰ ਪਤਾ ਗ੍ਰਿਫਤਾਰੀ ਵੀ ਹੋਈ, ਰਿਹਾ ਹੋਏ ਕਿਉਂ ਹੋ ਗਿਆ ਫਿਰ? ਜੇ ਸੰਤਾਂ ਤੇ ਦੋਸ਼ ਮੜਿਆ ਗਿਆ ਸੀ ਇਹ, ਤੇ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਰਿਹਾ ਕਿਉਂ ਕੀਤਾ ਗਿਆ? 15 ਦਿਨ ਪਹਿਲਾਂ ਅਟੈਕ ਤੋਂ 15 ਦਿਨ ਪਹਿਲਾਂ ਇਹ ਸੀਨੀਅਰ ਆਗੂ ਜਿਹੜੇ ਸੀ, ਵਿੱਚ ਪ੍ਰਧਾਨ SGPC ਦਾ ਟੌੜਾ ਰਾਮੂ ਵਾਲੀਆ ਤੇ ਹੋਰ ਲੀਡਰ ਤੇ ਨਾਲ ਜਨਰਲ ਸੁਵੇਕ ਸਿੰਘ ਤੇ ਨਾਲ ਇਹਨਾਂ ਦਾ ਭਰਾ, ਹੁਣ ਪੁੱਛ ਲਿਓ ਜਾ ਕੇ ਤੁਸੀਂ, ਇੰਟਰਨੈਟ ਤੇ ਵੀ ਪਿਆ ਹੋਇਆ। ਕਹਿੰਦੇ 15 ਦਿਨ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਗਏ ਇੱਕ ਮੀਟਿੰਗ ਕਰਨ ਵਾਸਤੇ ਸੰਤਾਂ ਦੇ ਨਾਲ ਸਾਰੇ ਜਣੇ। ਇਹ ਕਹਿ ਰਿਹਾ ਸੀ ਟੌੜੇ ਹੋਣੀ ਜ਼ੋਰ ਦੇ ਕੇ ਕਿ ਆਪਾਂ ਨੂੰ ਇੱਥੋਂ ਚਲੇ ਜਾਣੇ ਚਾਹੀਦਾ, ਆਪਣੇ ਇੱਥੇ ਨੁਕਸਾਨ ਹੋਵੇਗਾ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਜੇ ਸਾਡੇ ਕਰਕੇ ਨੁਕਸਾਨ ਹੋਣਾ ਤੇ ਅਸੀਂ ਚਲੇ ਜਾਂਦੇ। ਤੇ ਜਨਰਲ ਸੁਵੇਕ ਸਿੰਘ ਦੀ ਕਈ ਗੱਲ ਉਹਦੇ ਭਰਾ ਨੇ ਸੁਣੀ, ਅੱਜ ਉਹਨੇ ਬਿਆਨ ਦਿੱਤਾ ਹੈ, ਅੱਜ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਜਨਰਲ ਸੁਵੇਕ ਸਿੰਘ ਨੇ, ਮੇਰੇ ਭਰਾ ਨੇ ਇੱਕ ਗੱਲ ਕਹੀ ਸੀ ਸੰਤਾਂ ਨੂੰ, ਸੰਤ ਜੀ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਅਟੈਕ ਫਿਰ ਵੀ ਹੋਣਾ ਹਰਿਮੰਦਰ ਸਾਹਿਬ। ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਫਿਰ ਵੀ ਕਰਨਾ ਇਹਨਾਂ ਨੇ, ਜਿੱਥੇ ਮਰਜ਼ੀ ਤੁਸੀਂ ਚਲੇ ਜਾਓ, ਹਮਲਾ ਤੁਹਾਡੇ ਕਰਕੇ ਨਹੀਂ ਹੋ ਰਿਹਾ, ਹਮਲਾ ਤੇ ਸਿੱਖੀ ਅਣਖ ਗੈਰਤ ਤੇ ਕੀਤਾ ਜਾ ਰਿਹਾ, ਸਿੱਖੀ ਵਿਚਾਰਧਾਰਾ ਤੇ ਕੀਤਾ ਜਾ ਰਿਹਾ, ਸਿੱਖੀ ਸੋਚ ਤੇ ਕੀਤਾ ਜਾ ਰਿਹਾ। ਉਹ ਇਤਿਹਾਸ ਦੁਆਰਾ ਸਬਕ ਸਿਖਾਉਣ ਵਾਸਤੇ, ਤੇ ਫਿਰ ਇਹ ਪਤਾ ਵੀ ਹੁੰਦਿਆਂ ਹੋਇਆ ਸਭ ਕੁਝ ਕਿ ਕੀ ਹੋਇਆ ਸੀ ਮੱਸੇ ਰੰਗੜ ਦਾ, ਕੀ ਹੋਇਆ ਸੀ ਅਬਦਾਲੀ ਦਾ, ਕੀ ਹੋਇਆ ਸੀ ਕਾਜ਼ੀ ਅਬਦੁਲ ਰਬਾਕ ਦਾ, ਰਜ਼ਾਕ ਦਾ, ਰਹਿਮਾਨ ਦਾ, ਸਾਰੇ ਜਿਹੜੇ ਸੀ, ਜਿਹੜਾ ਵੀ ਹਰਿਮੰਦਰ ਉੱਤੇ ਚੜ ਕੇ ਆਇਆ ਹੈ, ਰਿਹਾ ਜਿਉਂਦਾ ਨਾਂ ਸਿੰਘਾਂ ਨੇ ਸੋਧਾ ਲਾਇਆ ਹੈ, ਪਤਾ ਵੀ। ਲਓ ਪਿਆਰਿਓ, ਮੈਂ ਗੱਲ ਛੋਟੀ ਕਰਾਂ ਕਿਉਂਕਿ ਸਮਾਪਤੀ ਵੱਲ ਸਮਾਂ ਹੋ ਗਿਆ ਹੈ। 5 ਮਿੰਟ ਦੀ ਕਵਿਤਾ ਇੱਕ ਕਹਿਣੀ ਹੈ ਬਸ, ਜਨਰਲ ਸੁਵੇਕ ਸਿੰਘ ਦੀ ਸ਼ਹੀਦੀ ਦੀ। 1 ਜੂਨ ਨੂੰ ਇਹ ਗੋਲੀ ਚੱਲਦੀ ਹੈ, 2 ਤਰੀਕ ਦਾ ਦਿਨ ਲੰਘਿਆ ਸ਼ਾਂਤਮਈ ਨਾਲ, ਫਿਰ ਇਹੀ ਸੀ ਇਹਨਾਂ ਦੀ ਸੋਚ ਕੇ ਪਤਾ ਕਰੀਏ ਵੀ ਕਿਹੜੇ ਟਿਕਾਣਿਆਂ ਤੋਂ ਕਿੱਥੇ ਮੋਰਚੇ ਹੈ, ਪਤਾ ਲੱਗ ਜਾਏਗਾ ਨਾ ਜਦੋਂ ਜਵਾਬੀ ਕਾਰਵਾਈ ਹੋਵੇਗੀ, ਗੋਲੀ ਚੱਲੇਗੀ, ਪਤਾ ਲੱਗੇਗਾ ਕਿੱਧਰੋਂ ਆ ਰਹੀ ਹੈ, ਕਿਹੜੇ ਹਥਿਆਰ ਦੀ ਗੋਲੀ ਹੈ। ਪਰ ਸਿੰਘ ਸ਼ਾਂਤ ਰਹੇ, ਇੱਕ ਵੀ ਗੋਲੀ ਨਹੀਂ ਚਲਾਈ 1 ਜੂਨ ਨੂੰ। 3 ਜੂਨ ਨੂੰ ਮੀਟਿੰਗ ਹੋਈ ਹੈ ਇੱਥੇ ਫੌਜੀ ਛਾਉਣੀ ਦੇ ਵਿੱਚ, ਕੁਲਦੀਪ ਬਰਾਰ ਵਰਗੇ ਕਹਿੰਦੇ ਆ ਕਿ ਅਸੀਂ ਇਹ ਬਹੁਤੀ ਦੇਰ ਨਹੀਂ, ਬਸ 2 ਘੰਟਿਆਂ ਦੇ ਵਿੱਚ ਐਕਸ਼ਨ ਪੂਰਾ ਕਰਕੇ ਅਸੀਂ ਭਿੰਡਰਾਂ ਵਾਲੇ ਨੂੰ ਜਿੰਦਾ ਜਾਂ ਮੁਰਦਾ ਵੇਖਣਾ ਚਾਹੁੰਦੇ ਹਾਂ। ਫੌਜੀਆਂ ਨੂੰ ਲਲਕਾਰ ਕੇ, ਚੰਗਾੜ ਚੰਗਾੜ ਕੇ ਕਰਦਾ ਸੀ ਇਹ ਗੱਲ। ਡਿਪਟੀ ਕਮਿਸ਼ਨਰ ਨੂੰ ਇਹ ਪੁੱਛਿਆ ਵੀ ਸੀ ਜਿਹੜਾ ਉਸ ਮੀਟਿੰਗ ਦੇ ਵਿੱਚ ਸੀ, ਗੁਰਦੇਵ ਸਿੰਘ ਬਰਾੜ, ਕਹਿੰਦੇ ਕੁਲਦੀਪ ਬਰਾੜ ਨੇ ਕਿਹਾ ਸੀ ਕਿ ਜੋ ਮੈਂ ਕਹਿ ਰਿਹਾ ਤੁਹਾਡੀ ਕੀ ਆਪਣੀ ਰਾਏ ਹੈ? ਤੇ ਕਹਿੰਦੇ ਉਸ ਵੇਲੇ ਦਾ ਡਿਪਟੀ ਕਮਿਸ਼ਨਰ ਜਿਹੜਾ ਸੀ DC ਗੁਰਦੇਵ ਬਰਾੜ ਉੱਠ ਕੇ ਖੜਾ ਹੋਇਆ, ਉਹ ਕਹਿੰਦਾ ਸੀ ਇਹ ਤੁਹਾਡੀ ਹੈ ਵਿਚਾਰ, ਮੇਰੇ ਮੁਤਾਬਕ ਜੇ ਮੈਨੂੰ ਪੁੱਛਦੇ ਹੋ ਨਾ, ਤੇ ਭਿੰਡਰਾਂ ਵਾਲਾ ਸੰਤ ਕਦੇ ਵੀ ਫੌਜ ਦੇ ਅੱਗੇ ਗੋਡੇ ਨਹੀਂ ਟੇਕੇ, ਆਤਮ ਸਮਰਪਣ ਨਹੀਂ ਕਰੇਗਾ। ਡਿਪਟੀ ਕਮਿਸ਼ਨਰ ਇਹ ਗੱਲ ਕਹਿ ਰਿਹਾ ਬਈ ਨਹੀਂ। ਤੇ ਉਹ ਕਹਿੰਦਾ ਸੀ ਜਦੋਂ ਹਵਾਈ ਜਹਾਜ਼ ਛੂਕਦੇ ਆ, ਜਦੋਂ ਟੈਂਕ ਗੂੰਜਦੇ ਆ, ਜਦੋਂ ਜ਼ਮੀਨ ਅੱਗ ਗੁਲਸ਼ਦੀ ਹੈ, ਵੱਡੇ ਵੱਡੇ ਜਰਨੈਲਾਂ ਦੀਆਂ ਪੈਂਟਾਂ ਦੇ ਵਿੱਚ ਲੱਤਾਂ ਕੰਬਣ ਲੱਗ ਪੈਂਦੀਆਂ, ਇਹ ਭਿੰਡਰਾਂ ਵਾਲਾ ਕੌਣ ਹੈ? ਇਹ 2 ਘੰਟਿਆਂ ਦੇ ਵਿੱਚ ਦੇਖਾਂਗੇ ਇਹਦੀ ਤਾਕਤ ਨੂੰ ਅਸੀਂ। ਇਹ ਕਹਿ ਰਿਹਾ ਸੀ ਕੁਲਦੀਪ ਬਰਾੜ, ਇਹਦੀ ਇਹ ਸੋਚ ਸੀ ਪਿਆਰਿਓ। ਤੇ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਤੁਹਾਡੇ ਵਿਚਾਰ ਹੋ ਸਕਦੇ, ਤੁਸੀਂ ਮੈਨੂੰ ਪੁੱਛਿਆ ਸੀ। ਅਗਲੇ ਦਿਨ ਕਹਿੰਦੇ ਇਹਨੇ ਫਿਰ ਕਹਿ ਦਿੱਤਾ ਸੀ ਵੀ ਮੈਂ ਇਹਦੇ ਵਿੱਚ ਭਾਈਵਾਲ ਨਹੀਂ ਹੋ ਸਕਦਾ। ਕਹਿੰਦੇ ਫਿਰ 4 ਮਹੀਨੇ ਦੀ ਛੁੱਟੀ ਦੇ ਕੇ ਕਿਹਾ ਦੇਸ਼ 'ਚੋਂ ਬਾਹਰ ਚੱਲਿਆ ਜਾ, ਕਿਸੇ ਨੂੰ ਨਹੀਂ ਦੱਸਣਾ। ਅਗਲੇ ਦਿਨ ਬਾਦਲ ਦਾ ਰਿਸ਼ਤੇਦਾਰ ਡਿਪਟੀ ਕਮਿਸ਼ਨਰ ਬਣ ਕੇ ਆਉਂਦਾ ਹੈ, ਤੇ ਭਾਈਵਾਲ ਹੋਇਆ ਹਰਿਮੰਦਰ ਸਾਹਿਬ ਦੇ ਅਟੈਕ ਕਰਨ ਵਿੱਚ ਫੌਜ ਦੇ ਨਾਲ। ਇਤਿਹਾਸ ਹੈ, ਇਹਨੂੰ ਬਦਲਿਆ ਨਹੀਂ ਜਾ ਸਕਦਾ, ਕਿਉਂਕਿ ਉਹਦੀ ਜ਼ਮੀਰ ਇਜਾਜ਼ਤ ਦੇ ਰਹੀ ਹੈ। ਇੱਕ ਜ਼ਿੰਦਾ ਜ਼ਮੀਰ ਵਾਲਾ ਹੈ, ਉਹ ਵੀ ਸਿੱਖ ਹੈ, ਇੱਕ ਮਰੀ ਜ਼ਮੀਰ ਵਾਲਾ ਹੈ, ਉਹ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ। ਇੱਕ ਕਹਿੰਦਾ ਨਹੀਂ, ਉਹਨੇ ਸੱਚ ਕਿਹਾ, ਕਹਿੰਦਾ ਭਿੰਡਰਾਂ ਵਾਲਾ ਕਦੇ ਵੀ ਫੌਜ ਦੇ ਅੱਗੇ ਗੋਡੇ ਨਹੀਂ ਟੇਕੇਗਾ। ਫਿਰ ਇੰਡੀਆ ਟਾਈਮਜ਼ ਦਾ ਪੱਤਰਕਾਰ ਸੁਭਾਸ਼ ਕਰਪੇਕਰ ਭੇਜਿਆ, ਕਹਿੰਦੇ ਜਾਓ ਖਬਰ ਕਰ ਦਿਓ, ਸ਼ਾਇਦ ਹੋ ਸਕਦਾ ਸਾਡੇ ਸਾਹਮਣੇ, ਸਾਡੀ ਫੌਜੀ ਕਾਰਵਾਈ ਦੇ ਸਾਹਮਣੇ ਇਹਨਾਂ ਦਾ ਸਭ ਕੁਝ ਫਿੱਕਾ ਪੈ ਜਾਏ। ਕਹਿੰਦੇ ਇੱਕ ਵਾਰੀ ਜ਼ਰੂਰ ਜਾ ਕੇ ਪੁੱਛ ਲੈਣਾ ਚਾਹੀਦਾ। ਇੰਡੀਆ ਟਾਈਮਜ਼ ਦਾ ਪੱਤਰਕਾਰ ਸੁਭਾਸ਼ ਕਰਪੇਕਰ ਆਉਂਦਾ ਹੈ, ਪਹਿਲਾਂ ਸੰਤਾਂ ਨਾਲ ਮੁਲਾਕਾਤ ਹੁੰਦੀ ਹੈ, ਫਿਰ ਜਨਰਲ ਸੁਵੇਕ ਸਿੰਘ ਨਾਲ ਹੁੰਦੀ ਹੈ, ਖਾਲੀ ਮੁੜ ਗਿਆ। ਕਹਾਣੀ ਇੱਥੇ ਲੰਮੀ ਹੈ, ਜਿਹੜੀ ਸੁਭਾਸ਼ ਕਰਪੇਕਰ ਨਾਲ ਹੋਈ ਮੁਲਾਕਾਤ, ਇਹਨਾਂ ਦੀ ਇੰਟਰਵਿਊ ਜੋ ਕਹਿ ਲਓ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤੇ ਜਨਰਲ ਸੁਵੇਕ ਸਿੰਘ ਦੀ।
ਲਓ ਪਿਆਰਿਓ ਫਿਰ 4 ਜੂਨ ਤੋਂ ਜਿਹੜੀ ਅੱਗਵਰਨੀ ਸ਼ੁਰੂ ਹੋ ਗਈ ਤੇ 6 ਜੂਨ ਵਾਲੇ ਦਿਨ ਜਿਸ ਮਰਦ ਨੇ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪਗਾਉਂਦਿਆਂ ਹੋਇਆ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਹ ਮੰਨਿਆ ਜਾਂਦਾ ਹੈ ਕਿ ਜਨਰਲ ਸਵੇਕ ਸਿੰਘ ਜੀ ਸੰਤਾਂ ਕੋਲੋਂ ਲੈ ਕੇ ਆਗਿਆ ਆ ਗਏ ਨੇ ਜਦੋਂ ਟੈਂਕ ਪਰਿਕਰਮਾ ਦੇ ਵਿੱਚ ਆ ਗਏ ਉਹਨਾਂ ਨੂੰ ਨਕਾਰਾ ਕਰਨ ਵਾਸਤੇ ਆਪਣੀ ਮਸ਼ੀਨ ਗਨ ਨਾਲ ਲੈ ਕੇ ਇਹ ਆਏ ਜਿੱਥੇ ਲਾਚੀ ਬੇਰ ਜਿੱਥੇ ਘੋੜੇ ਬੰਨੇ ਸੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਇਹਦੇ ਵੱਡਿਆਂ ਨੇ ਮਹਿਤਾਬ ਸਿੰਘ ਜਿਹਦਾ ਮੈਂ ਜ਼ਿਕਰ ਕੀਤਾ ਇੱਥੇ ਆ ਕੇ ਇਹ ਲੜ ਰਿਹਾ ਸੀ ਦੁਸ਼ਮਣ ਦੇ ਨਾਲ ਜਨਰਲ ਸਵੇਕ ਸਿੰਘ ਬ੍ਰਸ਼ ਵਜਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਲਹੂ ਲੁਹਾਨ ਹੋ ਗਿਆ ਸੂਰਮਾ ਤੇ ਫਿਰ ਕਹਿੰਦੇ ਉਸ ਹਾਲਾਤ ਦੇ ਵਿੱਚ ਜਾ ਕੇ ਅਕਾਲ ਤਖ਼ਤ ਸਾਹਿਬ ਜਿਹੜੇ ਕੇਸਰੀ ਨਿਸ਼ਾਨ ਝੁੱਲਦੇ ਹੈ ਉਹਨਾਂ ਨੂੰ ਮੱਥਾ ਟੇਕ ਕੇ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਘੋੜੇ ਦੇ ਵਿੱਚ ਜਾ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨਾਲ ਕੁਝ ਵਿਚਾਰ ਸਾਂਝੇ ਕਰਕੇ 12 ਵਜੇ ਅੱਧੀ ਰਾਤ ਦਾ ਸਮਾਂ ਹੈ ਕਈਆਂ ਨੇ ਕਿਹਾ 12 ਵਜੇ ਤੋਂ ਸਮਾਂ ਉੱਪਰ ਹੋ ਚੁੱਕਾ ਸੀ ਭਾਵ 6 ਜੂਨ ਵਾਲਾ ਦਿਨ ਆਰੰਭ ਜਦੋਂ ਹੁੰਦਾ ਹੈ ਅੰਮ੍ਰਿਤ ਵੇਲੇ ਜਨਰਲ ਸਵੇਕ ਸਿੰਘ ਆਪਣਾ ਵਾਅਦਾ ਨਿਭਾਉਂਦਾ ਹੋਇਆ ਜਾਮੇ ਸ਼ਹਾਦਤ ਵੰਡਿਆ ਵਾਂਗੂ ਪੀਂਦਾ ਕਿਵੇਂ ਪਿਆਰਿਓ ਆਪਣਾ ਵਚਨ ਪੂਰਾ ਕਰ ਗਿਆ ਸਾਰੀ ਕਹਾਣੀ ਨੂੰ ਜਥਾ ਇਉਂ ਬਿਆਨ ਕਰ ਸਵੇਕ ਸਿੰਘ ਜੋ ਕੀਤਾ ਬਚਨ ਪੁਗਾਇਆ ਹਾਂ ਸੰਤਾਂ ਨਾਲ ਸਵੇਕ ਸਿੰਘ ਜੋ ਕੀਤਾ ਬਚਨ ਪੁਗਾਇਆ ਉਹ ਲਈ ਆ ਗਿਆ ਸਤਿਗੁਰ ਕੋਲ ਸਮਾਂ ਚਾਹੀਦੀ ਆਇਆ ਆ ਲਈ ਆ ਗਿਆ ਸਤਿਗੁਰ ਕੋਲ ਸਮਾਂ ਚਾਹੀਦੀ ਆਇਆ ਆ ਲਈ ਆ ਗਿਆ ਸਤਿਗੁਰ ਕੋਲ ਸਮਾਂ ਚਾਹੀਦੀ ਆਇਆ ਜੁਦਰਨ ਨੀਤੀ ਖੜਕੇ ਦੁਸ਼ਮਣ ਸੋਚੀ ਪਾਇਆ ਉਹ ਭੱਠੀ ਜੁਦਰਨ ਨੀਤੀ ਖੜਕੇ ਦੁਸ਼ਮਣ ਸੋਚੀ ਪਾਇਆ ਹਾਂ ਭੱਠੀ ਜੁਦਰਨ ਨੀਤੀ ਖੜਕੇ ਦੁਸ਼ਮਣ ਸੋਚੀ ਪਾਇਆ Thank you.
ਸਦਾਇਆ ਅੰਤਮ ਸਾਹਾਂ ਦੇ ਤੱਕ ਲੜਕੇ ਸੱਚਖੰਡ ਭੌਰ ਸਦਾਇਆ ਸਾਗਰ ਦਾਗ ਨਾ ਯੋਧੇ ਲਾਇਆ ਦਾਗ ਨਾ ਯੋਧੇ ਲਾਇਆ ਦਾਗ ਨਾ ਯੋਧੇ ਲਾਇਆ ਸਮਾਂ ਅੱਗੇ ਨਹੀਂ ਦੇ ਰਿਹਾ ਕੋਈ ਅਗੇਰੇ ਵਾਰਤਾ ਤੁਹਾਡੇ ਨਾਲ ਸਾਂਝੀ ਕਰ ਸਕੀਏ ਸਮੇਂ ਦੀ ਕਦਰ ਕਰਦੇ ਹਾਂ ਸ਼ਬਦਾਂ ਨੂੰ ਇੱਥੇ ਹੀ ਸੰਕੋਚਦੇ ਹਾਂ ਕੋਟਾਨਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਬੰਧਕ ਜਨਾਂ ਦਾ ਆਪ ਸੰਗਤ ਦਾ ਸਾਊਂਡ ਵਾਲੇ ਵੀਰ ਦੀ ਕਿਆ ਤਾਰੀਫ ਕਰਾਂ ਮੈਂ ਬਹੁਤ ਹੀ ਚੜ੍ਹਦੀ ਕਲਾ ਨਾਲ ਉਹਨਾਂ ਨੇ ਸੇਵਾ ਨਿਭਾਈ ਹੈ ਸਤਿਗੁਰੂ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਹਰ ਜਸ ਟੀਵੀ ਵਾਲੇ ਜਿਹੜੇ ਲਾਈਵ ਜਿਨ੍ਹਾਂ ਨੇ ਟੈਲੀਕਾਸਟ ਕੀਤਾ ਸਾਰਾ ਪ੍ਰੋਗਰਾਮ ਉਹਨਾਂ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ 'ਚ ਅਰਦਾਸ ਕਰਦਾ ਹਾਂ ਜਿਨ੍ਹਾਂ ਨੂੰ ਤੁਸੀਂ ਸਟੇਜ ਦੀ ਸੇਵਾ ਦਿੱਤੀ ਬੜੇ ਸਿਆਣੇ ਬੜੇ ਸੂਝਵਾਨ ਗੁਰਮੁਖ ਪਿਆਰੇ ਵੀਰ ਪਲਵਿੰਦਰ ਸਿੰਘ ਜੀ ਉਹਨਾਂ ਦਾ ਸਮਾਂ ਅਸੀਂ ਲਿਆ ਅਸੀਂ ਉਹਨਾਂ ਕੋਲ ਇਸ ਗੱਲ ਦੀ ਮਾਫ਼ੀ ਮੰਗਦੇ ਕਿਉਂਕਿ ਸਫ਼ਰ ਬਹੁਤ ਲੰਮੇਰਾ ਮੇਰਾ 3 ਘੰਟੇ ਜਾਣ ਨੂੰ ਲੱਗਣੇ ਸਵੇਰੇ ਫਿਰ 2 ਪ੍ਰੋਗਰਾਮ ਆ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵਾਹਿਗੁਰੂ 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 ਤੁਹਾਡੇ ਕੋਲ ਧੰਨਵਾਦ ਵੀਰ ਅਵਤਾਰ ਸਿੰਘ ਜੀ ਉਹਨਾਂ ਦੇ ਜਿੰਨੇ ਵੀ ਨਾਲ ਗੁਰਮੁਖ ਪਿਆਰੇ ਨੇ ਸੰਬੰਧੀ ਸਾਰਿਆਂ ਨੇ ਇਹ ਸੇਵਾ ਜਿੱਥੇ ਕਿਸੇ ਨੇ ਤਨ ਕਰਕੇ ਕਿਸੇ ਨੇ ਮਨ ਕਰਕੇ ਕਿਸੇ ਨੇ ਧਨ ਕਰਕੇ ਨਿਭਾਈ ਹੈ ਸਾਰੇ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਇੱਕ ਵੀਰ ਜੀ ਉਹਨਾਂ ਨੇ ਸੰਗਤ ਵਿੱਚੋਂ ਕਿਹਾ ਸੀ ਸੰਤਾਂ ਦੇ ਨਾਂ 'ਤੇ ਜਕਾਰਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਂ ਬੋਲੇ ਸੋ ਨਿਹਾਲ ਓਡਰ ਤੋਂ ਆਏ ਵੀਰ ਹਰਜੀਤ ਸਿੰਘ ਜੀ ਉਹ ਵੀ ਸਾਨੂੰ ਬਹੁਤ ਸਾਰਾ ਪਿਆਰ ਦਿੰਦੇ ਨੇ ਸਤਿਕਾਰ ਕਰ ਗਏ ਨੇ ਧੰਨਵਾਦ ਕਰਦੇ ਹਾਂ ਜੀ ਸਮੁੱਚੇ ਰੂਏ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਜੀ ਅਸੀਸ ਬਖਸ਼ਿਸ਼ ਕਰੋ ਹੋਈਆਂ ਭੁਲਾ ਖਮਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ